ਸੀ ਦੇਖ ਰਹੇ ਹੋ ਪੰਜਾਬ ਨਵਾ ਟਵੈਨ ਦਾ ਲਾਇੰਸ ਤੇ ਲਈ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਡਾਕਟਰ ਪਿਆਰੇ لال ਗਰਗ ਸਰ ਬਹੁਤ ਬਹੁਤ ਸਤਿਕਾਰ ਕਰਦੇ ਆ ਤੁਹਾਡਾ ਅਸੀਂ ਪੰਜਾਬ ਨਵਾ ਦੇ ਇਸ ਮੰਚ ਤੇ ਉੱਤੇ ਡਾਕਟਰ ਸਾਹਿਬ ਸ਼ੁਕਰੀਆ ਸਰ ਅੱਜ ਅਸੀਂ ਖਾਸ ਗੱਲ ਪੰਜਾਬ ਨਵਾ ਦੇ ਮੰਚ ਤੋਂ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਹਾਡਾ ਬੈਕਗ੍ਰਾਉਂਡ ਮੈਡੀਕਲ ਐਡਮਿਨਿਸਟ੍ਰੇਸ਼ਨ ਮੈਡੀਕਲ ਸਟੱਡੀਜ਼ ਦੇ ਨਾਲ ਔਰ ਐਜੂਕੇਸ਼ਨ ਨਾਲ ਬਹੁਤ ਨੇੜੇ ਹੋ ਜੁੜਿਆ ਰਹੇ ਰੀਸੈਂਟਲੀ ਇੱਕ ਮੇਰਾ ਨਿੱਜੀ ਐਕਸਪੀਰੀਅੰਸ ਹੋਇਆ ਕਿ ਪਟਿਆਲੇ ਦਾ ਰਜਿੰਦਰਾ ਹਸਪੀਟਲ ਇੱਕ ਸਿਸਚੂਏਸ਼ਨ ਹੈ ਕਿ ਆ ਉੱਥੇ ਬ੍ਰੇਨ ਦੇ ਉੱਪਰ ਕੋਈ ਇਲਾਜ ਕਰਨ ਲਈ ਜੇ ਕਿਸੇ ਨੂੰ ਬ੍ਰੇਨ ਸਟ੍ਰੋਕ ਵੀ ਆ ਜਾਏ ਉਹਦਾ ਸਰਜਰੀ ਕਰਨ ਲਈ ਨਾਰਮਲ ਇਲਾਜ ਕਰਨ ਲਈ ਕੋਈ ਡਾਕਟਰ ਨਹੀਂ ਕੋਈ ਪ੍ਰਬੰਧ ਨਹੀਂ ਹੈਗੇ ਹਾਲਾਂਕਿ ਸਰਕਾਰ ਇਹ ਵਾਅਦੇ ਕਰ ਰਹੀ ਆ ਕਿ ਅਸੀਂ ਉਹਦੇ ਤੇ ਕਰੋੜਾਂ ਰੁਪਏ ਲਾਤਾ ਇਥੋਂ ਤੱਕ ਕਿ ਪਟਿਆਲੇ 2 ਦੇ ਜਿਹੜੇ ਵਿਧਾਇਕ ਨੇ ਸ਼੍ਰੀ ਬ੍ਰਹਮਿੰਦਰਾ ਜੀ ਉਹ ਹੈਲਥ ਮਿਨਿਸਟਰ ਹੀ ਰਹਿ ਕੇ ਉਸ ਤੋਂ ਬਾਅਦ ਵੀ ਪਨਾਲਾ ਉੱਥੇ ਦਾ ਉੱਥੇ ਰਹਿ ਗਿਆ ਔਰ ਦੂਸਰੀ ਕੇਸ ਸਟਡੀ ਇਹਦੇ ਤੇ ਬਿਲਕੁਲ ਮੈਂ ਜਲੰਧਰ ਦੇ ਵਿੱਚ ਵੀ ਮੀਡੀਆ ਹੱਬ ਹੈਗਾ ਸਾਰੇ ਮੀਡੀਆ ਆਪਣੀ ਮੈਡੀਕਲ ਹੱਬ ਹੈਗੀ ਆ ਪਿੰਸ ਨਾਮ ਦਾ ਇੱਕ ਹਸਪਤਲ ਬਣਿਆ ਸੀ ਬੜਾ ਵੱਡਾ ਉਹ ਵੀ ਅੱਜ ਤੱਕ ਮੈਡੀਕਲ ਮਾਫੀਆ ਕਿਉਂਕਿ ਪੰਜਾਬ ਮਾਫੀਆ ਦੀ ਧਰਤੀ ਹੈਗੀ ਆ ਸੋ ਮਾਫੀਆ ਦੀ ਗੱਲ ਇੱਕ ਮੈਡੀਕਲ ਮਾਫੀਆ ਹੈਗਾ ਜਿਹੜਾ ਰੈਫਰੈਂਸ ਮੈਡੀਕਲ ਮਾਫੀਆ ਹੈਗਾ ਚਾਹੇ ਉਹ ਡਾਕਟਰਾਂ ਦੇ ਰੈਫਰੈਂਸ ਲੈਬਾਰਟਰੀਆਂ ਨੂੰ ਜਾਂਦਾ ਜਾਂ ਐਂਬੂਲੈਂਸਾਂ ਦੇ ਰਾਹੇ ਆਪਣੇ ਸਰਕਾਰੀ ਹੌਸਪੀਟਲ ਹੌਸਪੀਟਲ ਦੇ ਵਿੱਚੋਂ ਪ੍ਰਾਈਵੇਟ ਹਸਤਾਲਾ ਦੇ ਵਿੱਚ ਜਦੋਂ ਡਾਕਟਰ ਅੱਡੋ-ਅੱਡ ਇਲਾਜ ਲਈ ਚਾਹੇ ਹਾਰਟ ਦਾ ਦਿਮਾਗ ਦਾ ਕਿਡਨੀਆ ਦਾ ਇਹ ਭੇਜਨੇ ਇਹਦੇ ਵਿੱਚ ਵੀ ਲੱਖਾਂ ਰੁਪਏ ਦੀ ਹੀਰਾਫਰੀ ਚੱਲਦੀ ਆ ਇਹ ਸਰ ਨਾ ਤਾਂ ਰੁਕ ਪਾਈ ਆ ਔਰ ਮੈਨੂੰ ਲੱਗਦਾ ਨਹੀਂ ਇਹ ਨੇੜ ਭਵਿੱਖ ਵਿੱਚ ਰੁਕ ਪਾਵੇਗੀ ਤੁਹਾਡਾ ਇਹਦੇ ਤੇ ਕੀ ਮੰਨਣਾ ਕਿਉਂਕਿ ਤੁਹਾਡਾ ਤਜਰਬਾ ਇਹਦੇ ਤੇ ਹਜ਼ੀਰਾਂ ਵਸੀਨਾ ਤੁਸੀਂ ਤੁਸੀਂ ਲਾਏ ਹੋਣਗੇ ਨੱਕੇ ਜ਼ਰੂਰ ਇਹਦੇ ਤੇ ਮੈਂ ਮੈਂ ਸ਼ੋਰ ਆ ਇਸ ਗੱਲ ਦੇ ਉੱਪਰ ਪਰ ਮੈਂ ਅੱਜ ਤੁਹਾਡੇ ਤੋਂ ਚਾਹਾਂ ਦੇਖੋ ਜਿਹੜੇ ਤੁਸੀਂ ਇਹ ਮਾਫੀਆ ਕਹਿਣਾ ਸਭ ਨੂੰ ਪਤਾ ਹੈ ਚੰਦਾ ਇਹਦੇ ਤੇ ਮੈਂ ਬਾਤ ਚਾਹਣਾ ਇਹ ਮਾਫੀਆ ਦੀ ਜੜੀ ਕਿ ਤੁਸੀਂ ਛੜਤਾ ਜੀ ਮਾਫੀਆ ਮੈਡੀਕਲ ਐਜੂਕੇਸ਼ਨ ਦਾ ਮਾਫੀਆ ਉਹਦੇ ਵਿੱਚ ਜੇ 70 80 ਲੱਖ ਫੀਸ ਤੁਸੀਂ ਕਰਤੀ ਇੱਕ ਪਾਸੇ 13000 ਫੀਸ ਜਿੰਨਾ ਉਹ ਵਧ ਨਹੀਂ ਦਿੱਤੀ ਸੀ ਉਹਦੀ ਵਧਾ ਕੇ ਪੌਣੇ 8 ਲੱਖ ਕਰਤੀ ਹੁਣ ਸਰਕਾਰੀ ਕਾਲਜ 'ਚ 78 ਲੱਖ ਫੀਸ ਪ੍ਰਾਈਵੇਟ ਕਾਲਜ ਨੂੰ ਅਲਾਉ ਕਰੀਆ ਸਰਕਾਰ ਨੇ ਪਹਿਲੀ ਨੇ ਵੀ ਕਰੀ ਸੀ ਇਹਨੇ ਵੀ ਕਰ ਗਏ ਜਿਹਨੂੰ ਪੁੱਛੋ ਕਿਵੇਂ 78 ਲੱਖ ਅਲਾਉ ਕਰੀਆ ਭਈ ਕਿਹੜਾ ਫਾਰਮੂਲਾ ਤੁਹਾਡਾ ਵੀ ਦੇਰ ਮਹੀਨੇ ਦੇ ਵਿੱਚ 50 ਲੱਖ ਉੱਥੇ ਜਿਹੜਾ ਸਵਾ ਕਰੋੜ ਰੁਪਇਆ ਤਾਂ ਕੱਲੀ ਫੀਸ-ਫੀਸ ਦੇ ਗਿਆਊਗਾ ਫਿਰ ਹੋਸਟਲ ਦੇ ਕਿਤਾਬਾਂ ਦੇ ਇਹ ਪਤਾ ਨਹੀਂ ਜਿਹੜੇ ਪ੍ਰੋਫੈਸਰ ਲੱਗ ਜਾਂਦੇ ਮਾਸਟਰ ਲੱਗ ਜਾਂਦੇ ਇਥੇ ਕਿਤਾਬ 4 ਤੋਂ 5000 ਦੀ ਆ ਘੱਟੋ-ਘੱਟ ਐਮਬੀਏ ਵਿੱਚ ਪੜਨਾ ਨਹੀਂ ਈ ਕਿਤਾਬ 20 ਸਬਜੈਕਟ ਪਾਸ ਕਰਨੇ ਪੈਂਦੇ ਨੇ ਜਿਉ ਨੂੰ ਸਵਾ ਵਸਤੇ ਵੰਡਦਾ ਜਿਉ ਨੂੰ ਮੇਜਰ ਸਬਜੈਕਟ ਦੇ ਵਿੱਚ ਵੀ ਮੈਂ ਰੱਖਾਂ 22 7+3=10 6+2=8 8+4=12 মিনিমাম 12 ਸਬਜੈਕਟ ਨਹੀਂ ਜਿੱਨਾਂ ਜਗ੍ਹਾ ਕਲੱਬ ਹੋਏ ਨੇ ਜਿਵੇਂ ਅੱਖਾਂ ਚ ਕੰਨ ਦਾ ਸਬਜੈਕਟ ਇਕੱਠਾ ਕਰਤਾ ਗਾਇਣੀ ਚ ਵਸਤੂ ਇਕੱਠਾ ਕਰਤਾ ਇੱਦਾਂ ਸਰਜਰੀ ਹੱਡੀਆਂ ਅਨਸਥੀਸੀਆ ਬੇਵਸ਼ੀ ਇਕੱਠੇ ਕਰਦੇ ਇੱਦਾਂ ਸਕਿਨ ਸਾਕਰ ਟ੍ਰੀ ਉਹ ਇਕੱਠੇ ਕਰਦੇ 30 ਸਬਜੈਕਟ ਪੜ੍ਹਨੇ ਪੈਂਦੇ ਨੇ ਬੱਚਿਆਂ ਇਨਾ ਪੈਸਾ ਸਾਡੇ 5 ਸਾਲ ਉਹ ਜੇ ਮੈਰਿਟ ਤੇ ਐਡਮਿਸ਼ਨ ਲਵੇ ਮੈਰਿਟ ਤੇ ਐਡਮਿਸ਼ਨ ਹੁੰਦੀ ਹੈ ਤੇ ਤਨਖਾਹ ਆ ਜਿਹੜੀ ਤੁਸੀਂ ਹੁਣ ਅਸਿਸਟੈਂਟ ਪ੍ਰੋਫੈਸਰ ਦਾ ਰੋਲਾ ਪਾ ਰਹੇ ਹੋ ਨਾ ਇੰਨਾ 9000 ਰੁਪਏ ਮਹੀਨਾ ਕੱਟ। ਉਨੀ ਪੋਸਟਾਂ ਐਡਵਰਟਾਈਜ਼ ਹੋ ਜਾਂ ਨੇ ਪਿਛਲੇ ਸਤੰਬਰ ਚ 535 ਪੋਸਟਾਂ ਉਹ ਮਿਲ ਨਹੀਂ ਰਹੇ ਉਹਨੇ ਤਨਖਾਹ 53100 ਆ ਜਿਹੜੇ ਸਹਾਇਕ ਪ੍ਰੋਫੈਸਰਾਂ ਨੇ ਕਰੀਆਂ ਨੇ ਇਹਨਾਂ ਦੀ 56100 ਜਿਹੜੇ 80 ਚੁੱਕੇ ਤੋਂ ਮਿਲਦੇ ਨੇ ਇਹਦੇ ਵਾਸਤੇ 1168 ਬੰਦਿਆਂ ਵਾਸਤੇ 1 ਲੱਖ ਰੁਪਈਆ ਉਦੋਂ 535 ਨਹੀਂ ਮਿਲਦੇ 38 ਸੱਤ ਸਾਲ ਤੋਂ ਜਿਹੜੇ 2-4 ਭਰਤੀ ਕਰਦੇ ਉਹ ਛੱਡ ਜਾਂਦੇ ਨੇ ਤੁਸੀਂ ਕੰਮ 5 ਸਟਾਰ ਹੋਟਲ ਵਾਲਾ ਲੈਣਾ ਚਾਹਦੇ ਹੋ ਤੇ ਪੈਸੇ ਤਪੜੀ ਵਾਲੇ ਦੇਣਾ ਚਾਹੋਗੇ ਫਿਰ ਤੁਸੀਂ ਇੰਨੇ ਪੈਸੇ ਵਧਾ ਦੇ ਫੀਸਾਂ ਇਹ ਫੀਸਾਂ ਦੇ ਕੇ ਆਊਗਾ ਜਿਹੜਾ ਧੇਵਤਾ ਬਣੂਗਾ ਲੈ ਤਾਂ ਕਰ ਲਿਖੇ ਸੋ ਇਹ ਮਾਫੀ ਹੈ ਝੂਠੇ ਦਾਖਲੇ ਕਰੋ ਰੇਫਰੀ ਨਾਲ ਦਾਖਲੇ ਕਰੋ ਤੇ ਫੀਸ ਥੋਕੇ ਦਿਓ ਇਹ 90 ਤੋਂ ਵੱਧ ਪੈਦਾ ਹੋਇਆ ਇਹਨਾ ਨਹੀਂ ਸੀ ਪਹਿਨਾ ਵੀ ਦੋ ਪ੍ਰਾਈਵੇਟ ਕਾਲਜ ਸੀਗੇ ਡੀਐਮਸੀ ਤੇ ਸੀਐਮਸੀ ਮਜਾੜਾ ਹੈ ਰੈਫਰੀ ਹੋ ਜੀ ਦੂਜਾ ਦੂਜਾ ਦੇ ਚਮਾਕਿਆ ਕੀ ਪੈਦਾ ਕਰਤਾ ਮੈਡੀਕਲ ਕੌਂਸਲ ਆਫ ਇੰਡੀਆ ਦੇ ਵਿੱਚ ਹੁਣ ਪੰਜਾਬ ਸਰਕਾਰ ਦਾ ਸਲਾਹਕਾਰ ਦੇ ਉਹ ਸਾਬ ਇਹਨਾ ਵੀ ਪਿਛਲੇ ਸਰਕਾਰ ਜੀ ਦਾ ਸਲਾਹਕਾਰ ਸੀਗੇ ਸਿੱਟ ਦੇ ਤੇ ਮੈਡੀਕਲ ਐਜੂਕੇਸ਼ਨ ਦੇ ਉਹਨਾਂ ਨੇ ਪੱਠਾ ਬਿਠਾਤਾ ਵੀ 50% ਪਾਸ ਮਾਰਕਸ ਦੇ ਦਾਖਲਾ ਹੁੰਦਾ ਸੀ ਪਹਿਲਾਂ ਸਾਡੇ ਐਮਬੀ ਵਿੱਚ ਪਾਸ ਮਾਰਕਸ 50% ਨੇ ਆ ਜਿਹੜੇ ਰੌਲਾ ਪੰਦ ਨੇ ਨਾ ਵੀ ਜੀ ਮੇਰਾ ਗ੍ਰੇਡ ਫਲਾਣਾ 35% ਤੇ ਪਾਸ ਹੁੰਦੇ ਨੇ ਕੋਈ ਚੋਇਸ ਨਹੀਂ ਹੁੰਦੀ ਐਮਬੀਬੀਐਸ 'ਚ ਇੱਥੇ ਚੋਇਸ ਆਮੰਨ ਨੂੰ ਹੁੰਨੀ ਆ ਮੈਥਮੈਟਿਕਸ ਵਾਲੇ ਦੇ ਤਰ੍ਹਾਂ ਦੱਸਦੇ ਸੀ 60 ਸਵਾਲਾਂ 'ਚੋਂ 20 ਕਰਨੇ ਨੇ ਉੱਤੇ ਕੋਈ ਚੋਇਸ ਨਹੀਂ ਹੁੰਦੀ ਥਿਉਰੀ 'ਚ ਵੀ ਨਾ ਪ੍ਰੈਕਟੀਕਲ 'ਚ 50% ਪਾਸ ਮਾਰਸ ਲੈਣੇ ਨੇ ਤੇ ਉਹਨੇ ਕਰਤਾ 12ਵੀਂ ਦੇ ਵਿੱਚੋਂ ਦਾਖਲੇ ਵਾਸਤੇ ਵੀ 50% ਜ਼ਰੂਰੀ ਸੀਗੇ ਉਹਨੇ ਕਰਤਾ 50 ਪਰਸੈਂਟਾਈਲ ਜਾਂ ਤੇ ਵੱਡੇ ਗਿਆਨੀਆਂ ਨੂੰ ਪਤਾ ਨਹੀਂ ਤੁਸੀਂ ਐਂ ਕਰਿਓ ਬਹੁਤੇ ਰੋਕਣ ਪੁੱਛ ਕੇ ਜੋ ਵੀ ਪਰਸੈਂਟਾਈਲ ਤੇ ਪਰਸੈਂਟੇਜ ਚ ਫਰਕ ਕੀ ਹੈ ਪੜ੍ਹੇ ਲਿਖਿਆ ਪ੍ਰੋਫੈਸਰਾਂ ਨੂੰ ਇਹਨਾਂ ਨਾਲ ਅਖੀ ਕੁੱਦੀਆਂ ਅਸੀਂ ਕੋਜਾਰਥੀਆਂ ਉਹਨੂੰ ਪੁੱਛ ਲਿਓ ਤੁਹਾਡੇ ਕੋਲ ਤਾਂ ਵਸੇ ਰਹੇ ਹੁੰਦੇ ਨੇ ਵੀ ਇਹ 50% ਤੇ 50 ਪਰਸੈਂਟਾਈਲ ਚ ਕੀ ਫਰਕ ਹੈ ਉਹ ਮੈਂ ਨਹੀਂ ਦੱਸਾਂਗਾ ਪਰ ਉਹਦਾ ਅਸਰ ਇਹ ਹੋਊਗਾ ਕਿਉਂਕਿ ਫਿਰ ਜੇ ਮੈਂ ਦੱਸਤਾ ਕਿ ਤਾਂ ਵਰੀ ਗੱਲ ਹੈ ਨਾ ਪੁੱਛੀ ਜਾਏਗੀ ਉਹਦਾ ਅਸਰ ਇਹ ਹੁੰਦਾ ਵੀ ਅੱਜ 12 13% ਵਾਲਾ ਬੰਦਾ ਐਮਬੀ ਵਿੱਚ ਦਾਖਲਾ ਲੈ ਰਿਹਾ ਜਨਰਲ ਕੈਟਾਗਰੀ ਦਾ 8 9% ਵਾਲਾ ਲੈ ਰਿਹਾ ਰਿਜ਼ਰਵ ਕੈਟਾਗਰੀ ਦਾ ਜਿਹੜਾ ਬੰਦਾ 12ਵੀਂ ਦੇ ਸਿਲੇਬਸ ਚੋਂ 50% ਨੰਬਰ ਨਹੀਂ ਦਿੰਦਾ 12% ਦੇ ਕੇ ਐਮਬੀ ਵਿੱਚ ਦਾਖਲ ਹੁੰਦਾ ਉੱਥੇ ਪੰਜਾ ਕਿਵੇਂ ਦੇ ਦੂੰ ਰੁਕੋ ਦੋ ਨੰਬਰ ਜੀ ਪਾਸ ਹੋ ਸਤਿਬਾਜੀ ਚੱਲੋ ਇੱਕ ਇਹ ਮਾਕਿਆ ਕਿ mafia ਨੂੰ ਕੰਮ ਕਰਨ ਦੀ ਲੋੜ ਹੈ ਸਰਕਾਰ ਨੇ mafia ਸ਼ੁਰੂ ਕਰਿਆ ਇਹ 90 ਤੋਂ ਜ਼ਿਆਦਾ ਪ੍ਰਾਈਵੇਟਾਈਜੇਸ਼ਨ ਹੁਣ ਦੂਜੇ ਪਾਸੇ ਦਾ ਮਾਕਿਆ ਅਰ ਉਹਨੇ ਇੱਚ ਸਰਕਾਰ ਆਪ ਮੈਡੀਕਲ ਕਾਲਜ ਮੈਂ ਪੜਦਾ ਸੀ ਉਦੋਂ ਸਾਡੀ ਫੀਸ 400 ਰੁਪਏ ਸਾਲ ਦੀ ਹੁੰਦੀ ਸੀ 350 ਹੀ ਸੀ ਤੇ ਉਦੋਂ ਆਰਟਸ ਕਾਲਜ ਦੇ ਵਿੱਚ ਫੀਸ 12 ਰੁਪਏ ਟਿਊਸ਼ਨ ਫੀਸ 12 ਰੁਪਏ ਮਹੀਨਾ ਸੀ ਅੱਜ ਵੀ ਆਰਟਸ ਕਾਲ ਦੀ ਫੀਸ 12900 ਮਹੀਨਾ बीए 1 बीए 2 ਵੀ ਇਹ ਚੀਜ਼ ਨਹੀਂ ਉਹ ਜਿਹੜਾ ਪੀਟੀਏ ਦੇ ਨਾਂ ਤੇ 2-4000 ਸਾਲ ਦਾ 5000 ਹੋਰ ਵਾਧੂ ਲੈ ਲੈਂਦੇ ਨੇ ਪਰ ਜਿਹੜੀ ਐਮਬੀਬੀਸੀ ਫੀਸ ਹੈ ਉਹ ਪੌਣੇ 8 ਲੱਖ ਹੋ ਸਰਕਾਰ ਇਹ ਉਹੀ ਸਰਕਾਰ ਉਹੀ ਸਰਕਾਰ ਹੈ ਜਿਹੜੀ 1964 ਦੇ ਵਿੱਚ 12 ਰੁਪਏ ਸੀ ਉਹ ਅੱਜ ਵੀ 12 ਰੁਪਏ ਹੀ ਹੈ ਉਹ ਚ ਥੋੜਾ ਜਿਹਾ ਪੀਟੀਏ ਵਗੈਰਾ ਦੇ ਫਰੰਟ ਦੇ ਵੱਖਰੇ ਉਹ ਲਈ ਵੀ ਵੱਖਰੇ ਜਾਂਦੇ ਨੇ ਪਰ ਉਹੀ ਸਰਕਾਰ ਹੈ ਜਿਹੜੀ 400 ਨੂੰ 4.5 ਨਾਲ ਗੁਣਾ ਕਰ ਦੋ 1800 ਫੀਸ ਤੋਂ ਪੌਣੇ 8 ਲੱਖ ਕਰ ਦਿੰਦੀ ਹੈ ਦੇਖਦਾ ਮਾਫੀਆ ਇਹ ਫੀਸ ਵੀ ਮਾਫੀਆ ਨੇ ਵਧਾਈ ਹੈ ਕਿਉਂ ਵਧਾਈ ਹੈ ਮਾਫੀਆ ਨੇ ਇੱਕ ਮਾਫੀਆ ਉਹ ਹੈ ਜਿਹਨੂੰ ਫੀਸ ਦੇਣੀ ਨਹੀਂ ਪੈਂਦੀ ਉਹਦੀ ਫੀਸ ਸਰਕਾਰ ਦਿੰਦੀ ਹੈ ਜਦ ਉਹਦੇ ਅਧਿਕਾਰੀ ਆ ਜਾਂਦੇ ਉਹ ਕਹਿੰਦੇ ਵਧਾ ਦਿਓ ਦੂਜਿਆਂ ਨੂੰ ਦੇਣੀ ਉਹ ਆਪ ਨੂੰ ਕਿਹੜੇ ਦੇਣੀ ਪੈਣੀ ਹੈ ਉਹਨਾਂ ਨੇ ਵਧਾਈ ਹੈ ਇਹ ਇੱਕ ਮਾਫੀਆ ਹੋਇਆ ਜਿਹੜਾ ਕਹਿੰਦਾ ਵੀ ਸਰਕਾਰੀ ਨਹੀਂ ਵਧਾਓ ਤਾਂ ਕਿ ਪ੍ਰਾਈਵੇਟ 'ਚ ਹੋਰ ਵਧਾ ਦਈਏ ਇਹ ਕਹਿ ਕੇ ਦੇਖੋ ਜੇ ਸਰਕਾਰੀ ਚੰਨੀਆਂ ਫਿਰ ਪ੍ਰਾਈਵੇਟ ਤਾਂ ਹੋਣੀ ਚਾਹੀਦੀ ਝੂਠੀਆਂ ਪੋਸਟਾਂ ਕ੍ਰੀਏਟ ਕਰਾ ਦੋ ਇਹ ਕਿਹਾ ਹੁਣ ਅਗਲਾ ਮਾਫੀਆ ਦੱਸਣਾ ਮੈਂ ਤੁਹਾਨੂੰ ਇਹ ਤੁਹਾਡੇ ਦੋਏ ਸਵਾਲਾਂ ਤੇ ਆਵਾਂਗਾ ਇਹ ਜਿਹੜੀਆਂ ਬਿਲਡਿੰਗਾਂ ਨੇ ਇਹ ਵੀ ਇੱਕ ਮਾਫੀਆ ਹੈ ਹੈਲਥ ਦੇ ਵਿੱਚ ਬਿਲਡਿੰਗਾਂ ਬਣਾਉਂਦੀ ਹੈ ਹੈਲਥ ਸੇਕਟਰ ਕਾਰਪੋਰੇਸ਼ਨ ਠੇਕਾ ਵੀ ਉਹ ਹੀ ਦਿੰਦੀ ਹੈ ਉੱਥੇ ਨੋਟ ਬੰਦੇ ਨੇ ਬਨੀਤੋ ਸੀਗੀ 7 ਸਾਲਾਂ ਵਾਸਤੇ ਹੁਣ ਤਾਂ 27 ਸਾਲ ਹੋ ਗਏ ਆਬ ਤਾਂ ਇੰਜ ਕੜਾ ਕਰ ਲਿਆ ਉਹ ਕਹਿੰਦਾ ਪੰਾਇਆ ਕੀ ਇਹ ਬਿੰਡਿੰਗਾਂ ਬਣਾ ਦਾ ਸਮਾਨ ਦਾ ਖਰੀਦੋ ਮੁਲਕੇ ਉਹ ਵਰਤਦਾ ਤਾਂ ਜਾਣਾ ਨਹੀਂ ਇਹ ਵੀ ਮਾਫੀ ਹੈ ਕਿਸੇ ਨੇ ਨਹੀਂ ਪੁੱਛਿਆ ਭਾਈ ਇਹ ਬਿੰਡਿੰਗਾਂ ਕਦੀਆਂ ਬਣਾਈ ਜਾਂਦੇ ਹੋ ਜਿਹੜੀ ਮਨਨ ਦੂਜੇ ਨੂੰ ਚੌਂਦੀ ਸ਼ੁਰੂ ਹੋ ਜਾਂਦੀ ਹੈ ਆ ਜਾ ਕੇ ਦੇਖ ਲਓ ਮੁਹਾਲੀ ਦੇ ਵਿੱਚ 100 ਬੈੱਡ ਦਾ ਹਸਪਤਾਲ ਬਣਿਆ 500 ਬੈੱਡ ਮੈਂ ਪਾਸਕਾਰ ਤੋਂ ਮਨਜ਼ੂਰ ਕਰਵਾ ਕੇ ਜਿੱਤ ਸੀ ਜਲ ਮੈਡਿਕ ਟੂ ਸੀਗਾ ਵੀ 100 ਸੋ ਬੈੱਡ ਮਾਤਾ ਉਹ ਬੱਚੇ ਦੇ ਵਾਸਤੇ ਹਸਪਤਾਲ ਬਣਾਉਂਦਾ ਮਾਡੀਚੀ ਮਾਡੀ ਹਸਪਤਾਲ ਦੇ ਵਿੱਚ ਬਣਿਆ ਉਹਦਾ ਬੀਮ ਟਟਾ ਹੋਇਆ ਸੀ ਨਵੇਂ ਲਈ ਜਿਹੜੀ ਰੈਂਪ ਹੁੰਦੀ ਹੈ ਤਾਂ ਕਿ ਦੇਖ ਲੈਣ ਉਹ ਖੁੱਲੋ ਖੁੱਲੋ ਉਹਦਾ ਸਰਵਿਸ ਸਟੇਸ਼ਨ ਵਾਂ ਪੀਜੀਆਈ ਜਾਂ ਐਮਸ ਨਹੀਂ ਦੇਖਿਆ ਜਿੱਥੇ ਨਰਸਾਂ ਬੈਠ ਕੇ ਵੀ ਮਰੀਜ਼ਾਂ ਕੇ ਦੱਸੂਗਾ ਜਿੱਡਾ ਉੱਥੇ ਬਣਾ ਕਿਉਂਕਿ ਵਧਾਂਦਾ ਜਾ ਬਣਾ ਦੋ ਖੁੱਲਾ ਪੈਸੇ ਤੋਂ ਸਾਰੇ ਉਹ ਫੁੱਟਾਂ ਦੇ ਹਿਸਾਬ ਨਾਲ ਮੈਨੇ ਨੇ ਇਹ ਕਮਰੇ ਬਣਾਉਂਗੇ ਫੇਰ ਕੁਝ ਲਾਉਣਾ ਪਊਗਾ ਅਲਮਾਰੀ ਕੁਝ ਹੋਰ ਆ ਮਾਫੀ ਹੈ ਇਹ ਵੀ ਇੱਕ ਮਾਫੀ ਹੈ ਹਸਪਤਾਲਾਂ ਦੇ ਬਿਲਿੰਗਾਂ ਤੇ equipment ਤੇ ਦਵਾਈਆਂ ਦੇ ਖਰੀਦਣ ਦਾ ਮਾਫੀ ਇੱਕ ਮਾਫੀ ਹੈ ਇੱਕ ਮਾਫੀ ਹੋਰ ਹੈ ਉਹ ਹੈਗਾ ਫੂਡ ਐਂਡ ਡਰਗ ਮਾਫੀਆ ਘਟਿਆ ਖਾਣਾ ਵੇਚੋ ਪੈਸੇ ਇਕੱਠੇ ਕਰੋ ਫੂਡ ਸਿਕਿਉਰਿਟੀ ਨਾਲ ਕੋਲੇ ਉਹ ਆਈਐਸਾਂ ਦੇ ਕੋਲੇ ਹੀ ਹੋਈ ਆ ਉਹ ਵੀ ਮਾਫੀ ਚੱਲ ਰਿਹਾ ਸੋ ਤੁਸੀਂ ਇਹਨਾਂ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਨਿਊਰੋ ਸਰਜੀ ਦਾ ਕੀ ਹੈ ਨਿਊਰੋ ਸਰਜੀ ਯੂਨਿਟ ਚਾਹੀਦੀ ਹੈ ਮੈਂ ਬੱਚਾ ਸਰਜੀ ਦਾ ਮਹਾਰਮ 1993 ਚ ਸਰਦਾਰ ਬੀਨ ਸਿੰਘ ਦੀ ਸਰਕਾਰ ਨੇ ਬੱਚਾ ਸਰਜੀ ਦੀ ਇੱਕ ਨਵੀਂ ਯੂਨਿਟ ਕਰਤੀ ਪਟਿਆਲਾ ਯੂਨਿਟ ਸੀਗੀ ਅੰਮ੍ਰਿਤਸਰ ਹੈ ਨਹੀਂ ਸੀ ਅੰਮ੍ਰਿਤਸਰ ਵਾਲੀ ਉਪਟਿਆਲੇ ਸ਼ਿਫਟ ਕਰੀ ਹੋਈ ਨਵੀਂ ਯੂਨਿਟ ਕਰਤੀ ਚ ਉਹ ਨਵੀਂ ਯੂਨਿਟ ਦੀ ਚਿੱਠੀ ਮੇਰੇ ਹੱਥਾਂਗੇ ਵੀ ਪੋਸਟਾ 'ੋਂ ਪ੍ਰਸਤੀ ਕਰਵਾ ਦੇਵਟਾਈਜ਼ ਕਰ ਦੋ ਮੈਂ ਜਿਹੜੇ ਮੇਰੇ ਉੱਤੇ ਦੋ ਬੰਦੇ ਲੱਗੇ ਹੋਏ ਸੀ ਉਹ ਮੇਤੋਂ ਉਮਰ 'ਚ ਛੋਟੇ ਸੀ ਦੋਨੇ ਮੇਰੀ ਸਾਰੀ ਉਮਰ ਪ੍ਰਮੋਸ਼ਨ ਨਹੀਂ ਹੋਣੀ ਸੀ ਪਰ ਜੇ ਨਵੀਂ ਜੁਨਟ ਬੰਦਿਆ ਮੇਰੀ ਉਹ ਪਹਿਲੇ ਦਿਨ ਪ੍ਰਮੋਸ਼ਨ ਹੋ ਜਾਂਦੀ ਪਰ ਮੈਂ ਲਿਖੀ ਚਿੱਠੀ ਰਿਕਾਰਡ 'ਚ ਹੈ ਉਹ ਤੋਂ ਮੈਂ ਪਾਰ ਸਰਕਾਰ ਦਾ ਸਲਾਹਕਾਰ ਸੀ ਸਾਖੜ ਤੋਂ ਹਿੰਮਚ ਮੈਂ ਚਿੱਠੀ ਲਿਖੀ ਪੰਜਾਬ ਸਰਕਾਰ ਨੂੰ ਸਾਧਨ ਸਿੰਘ ਦੇ ਉਸੇ ਵੇ ਤੁਸੀਂ ਆਹਾ ਬੱਚਾ ਸੱਜ ਦੀ ਇੱਕ ਯੂਨਟ ਖੋਲੀ ਹੈ ਇਹਦਾ ਕੋਈ ਫਾਇਦਾ ਨਹੀਂ ਨਾ ਇਸਾਸੀ ਤੌਰ ਤੇ ਠੀਕ ਹੈ ਨਾ ਇਹ ਤਕਨੀਕੀ ਤੌਰ ਤੇ ਠੀਕ ਹੈ ਨਾ ਇਹ ਆਰਥਿਕ ਤੌਰ ਤੇ ਠੀਕ ਹੈ ਨਾ ਇਹ ਸਮਾਜਿਕ ਤੌਰ ਤੇ ਠੀਕ ਹੈ ਕਿਉਂ ਛਾਸੀ ਤੌਰ ਤੇ ਇਸ ਕਰਕੇ ਠੀਕ ਨਹੀਂ ਛੋਟੇ ਬੱਚਿਆਂ ਵਾਲੇ ਸਰਜਰੀ ਛੋਟੇ ਬੱਚਿਆਂ ਦੀ ਬਾਰੇ ਕੋਈ ਬਹੁਤਾ ਪਪੂਲਰ ਗੱਲ ਨਹੀਂ ਹੋਈ ਦੂਜੇ ਬਿਮਾਰੀਆਂ ਵਾਲੇ ਹੋਈ ਹੈ ਉਹ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹਦਾ ਮਤਲਬ ਵੀ ਹੈ ਕੋਈ ਇਹੋ ਜਿਹਾ ਵਿਭਾਗ ਵੀ ਹੁੰਦਾ ਹੈ ਆਰਥਿਕ ਤੌਰ ਤੇ ਇਸ ਕਰਕੇ ਠੀਕ ਨਹੀਂ ਬੀ ਇੱਕ ਯੂਨਿਟ ਹੈ ਪਟਿਆਲੇ ਤਿੰਨ ਅਸੀਂ ਬੰਦੇ ਆ ਤੇ ਉਹਦਾ 87 ਲੱਖ ਰੁਪਿਆ ਸਾਲ ਦਾ ਖਰਚਾ ਹੈ ਤੇ ਜਿਹੜਾ ਕੰਮ ਅਸੀਂ ਕਰကြਾਂ ਉਹ ਬਾਜ਼ਾਰ ਤੋਂ ਜੇ ਕਰਾਇਆ ਜਾਵੇ 55 ਲੱਖ ਚ ਹੋ ਸਕਦਾ ਨਹੀਂ ਐਮਵੀਐਸ ਚ ਪੜਾਉਣ ਦੀ ਸਾਡੀ ਕੋਈ ਲੋੜ ਨਹੀਂ ਹੈ ਐਮਐਸ ਚ ਲੋੜ ਹੈ ਨਹੀਂ ਵੈਸੇ ਅਸੀਂ ਪੜਾ ਦਿੰਦੇ ਆ ਵੀ ਚਲੋ ਇਹ ਸਪੈਸ਼ਲਟੀ ਆ ਪਰ ਜੇ ਨਾਮ ਹੀ ਹੋਈ ਤਾਂ ਵੀ ਚੱਗੂ ਕਿਉਂਕਿ ਬਾਕੀ ਕਰ ਜਾਂਦੇ ਤਾਂ ਹੈ ਨਹੀਂ ਐਮਐਸ ਉੱਥੇ ਵੀ ਹੋ ਰਹੀ ਹੈ ਫਿਰ ਇਹ ਜਿਹੜਾ ਤੁਹਾਡਾ ਹੈਗਾ ਹੈ ਪ੍ਰੋਫੈਸ਼ਨਲ ਤੌਰ ਤੇ ਕਿਉਂ ਨਹੀਂ ਠੀਕ ਅਸੀਂ ਤਿੰਨ ਬੰਦੇ ਆ ਤਿੰਨਾਂ ਦੀ ਤਰੱਕੀ ਹੋਣੀ ਹੈ ਬੰਦਾ ਤਾਂ ਚੌਥਾ ਹੈ ਹੀ ਨਹੀਂ ਪੂਰੇ ਮੁੜਕ ਚ ਉਸ ਵਕਤ 300 ਬੰਦਾ ਸੀ ਟੋਟਲ ਸਾਡੇ ਜਿਹੜਾ ਸੁਪਰ ਸਪੈਸ਼ਲਿਸਟ ਸੀ ਕੇ ਸਪੈਸ਼ਲਟੀ ਦਾ ਤੇ ਪੰਜਾਬ ਸਿਰਫ ਤਿੰਨ ਸੀਗੇ ਸਿੰਨੇ ਲੱਗੇ ਹੋਇਆ ਕਿ ਸਾਡੀ ਵੀ ਤਰੱਕੀ ਹੋਣੀ ਹੈ ਫਾਇਦਾ ਕੋਈ ਨਹੀਂ ਹੋਣਾ ਸਟੇਟ ਨੂੰ ਤੇ ਮੇਰੀ ਸਭ ਤੋਂ ਪਹਿਲਾਂ ਹੋਣੀ ਸੀ ਕਿਉਂਕਿ ਮੈਨੂੰ ਤਾਂ ਪ੍ਰੋਮੋਸ਼ਨ ਹੀ ਨਹੀਂ ਮਿਲਨੀ ਸੀ ساری ਉਮਰ। ਤਾਂ ਵੀ ਮਾਲਕ ਹੈ। ਵੀ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤੁਸੀਂ ਨਿਊਰੋ ਸਰਜੀ ਦੀ ਯੂਨਿਟ ਖੋਟੋ। ਕਿਉਂਕਿ ਨੌਜਵਾਨਸ ਹੈਡ ਇੰਜਰੀ ਨਾਲ ਮਰ ਰਹੇ ਨੇ ਰੋਜ਼। ਪੰਜਾਬ 'ਚ ਕੋਈ ਵੀ ਯੂਨਿਟ ਨਹੀਂ। ਨਿਊਰੋ ਸਰਜੀ ਯੂਨਿਟ ਕੋਲ। ਕਿਉਂਕਿ ਤੁਸੀਂ ਨਿਊਰੋ ਸਰਜੀ ਦੀ ਗੱਲ ਕਰੀ ਹੈ ਤਾਂ ਮੈਂ ਦੱਸਿਆ। ਮੈਨੂੰ ਕਹੀ ਖੰਝੋ ਯਾਰ ਰੋਕ ਤਾਂ ਉਸ ਤੋਂ ਸੈਂਕਸ਼ਨ ਕਰਾਉਂਦੇ ਫਿਰਦੇ ਹੁੰਦੇ ਨੇ। ਮੁਹੀਂ ਬੇਪੂਹੀ ਕਰਨਾ ਉਹਨੇ ਕਿਹਾ ਯਾਰ ਮੈਂ ਆਪਦੇ ਵਾਸਤੇ ਕੰਮ ਕਰਨਾ ਮੈਂ ਦੇਖਣਾ ਸਟੇਟ ਦਾ ਫਾਇਦਾ ਕਿਹਦੇ ਚ ਹੈ ਫਿਰ ਉਹਦੇ ਚ ਲਿਖਿਆ ਵੀ ਤੁਸੀਂ ਕਹੋਗੇ ਇਸ ਦਾ ਬੱਚਾ ਸਰ ਜੀ ਸਾਰੀ ਜਗ੍ਹਾ ਤੇ ਦੇਣੀ ਹੈ ਇੰਨਾ ਕਾਦਿਆਂ ਦੇਣੀ ਹੈ ਅਜ ਤਾਂ ਅਸੀਂ ਤੀਜੀ ਯੂਨਿਟ ਵੀ ਖੋਦਾਂਗੇ ਜਿਵਾਂਗੇ ਤਾਂ ਤਾਂ ਹੀ ਜੇ ਮੈਨ ਪਾਵਰ ਹੋਊਗੀ ਇਹ ਜਿਹੜਾ ਵਿਭਾਗ ਇਹਨੂੰ ਇੱਕ ਬੰਦੇ ਚਲਾ ਸਕਦਾ ਚਿੰਨ ਦੀ ਡੋਰ ਦੀ ਸੋ ਤਿੰਨਾ ਕਾਦਿਆਂ ਚਲਾ ਦੋ ਇੱਕ ਇੱਕ ਬੰਦਾ ਲਾ ਦੋ ਉੱਥੇ ਜਿਹੜੇ ਕਾਲਜ ਵਿੱਚ ਕੋਈ ਜਾਣ ਨੂੰ ਚਾਰ ਨਹੀਂ ਉੱਥੇ ਮੈਨੂੰ ਭੇਜ। ਇਹ ਲਿਖ ਕੇ ਭੇਜਿਆ। ਜਵਾਨੀ ਨਹੀਂ ਇਹ ਗੱਲ। ਮੈਂ ਐਂ ਬੋਲਦਾ ਨਾ ਐਵੇਂ ਨਹੀਂ ਬੋਲਦਾ। ਮੈਂ ਉਹਨੂੰ ਤਾਂ ਮੈਨੂੰ ਨਹੀਂ ਪਤਾ ਸੀ ਮੈਂ ਮੀਡੀਆ 'ਚ ਐ ਵੀ ਬੋਲਣਾ ਪਊ ਮੈਨੂੰ ਕਦੇ। ਸੋ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੀ ਆਲੀ ਅੱਧ ਕੀ ਐ? ਇਹ ਕਹਿੰਦੇ ਜੇ ਵੇਲੇ ਹੋ ਗਿਆ ਫੇਰ ਠੀਕ ਐ। ਦੂਜੇ ਦਾ ਨਾ ਹੋ ਜੇ। ਜੇ ਮੈਂ ਨਾ ਕਰਵਾਇਆ ਨਹੀਂ ਫੇਰ ਠੀਕ ਐ। ਦੂਜੇ ਨੇ ਮਾਰਦੀ ਤਾਂ ਗਲਤ ਐ। ਐਂ ਨਹੀਂ ਹੁੰਦਾ ਹੁੰਦਾ। ਮਨਵਾ ਤੀਰ ਮੰਗੁਰਾਣਾ ਪੋਗਣਾ ਇਹ ਗਲਤ ਹੈ ਤੁਸੀਂ ਗਲਤ ਕਰ ਨਿਊਰੋ ਸਰਜੀ ਦੀ ਤਾਂ ਨਹੀਂ ਖੋਲੀ ਉਹਨਾਂ ਨੇ ਪਰ ਉਹ ਬੱਚਾ ਸਰਜੀ ਦੀ ਜ਼ਰੂਰ ਰੱਦ ਕਰਤੀ ਤਾਂ ਕਹਿਣਾ ਜਦ ਕਿ ਮੇਰਾ ਇੰਟਰਸਟ ਸੀ ਕਿ ਨਿਊਰੋ ਸਰਜੀ ਖੁੱਲੇ ਮੈਂ ਤਾਂ ਉਸ ਤੇ ਜਾਣਾ ਨਹੀਂ ਕਿ ਮੈਂ ਤਾਂ ਸਪੈਸ਼ਲਿਟੀ ਮੇਰੀ ਦੂਜੀ ਹੈ ਪਰ ਲੋਕਾਂ ਨੂੰ ਫੈ ਨਹੀਂ ਦੀ ਗੱਲ ਕਰਨੀ ਹੈ ਨਾ ਆਪਾਂ ਪੰਜਾਬ 'ਚ ਕਿਤੇ ਨਹੀਂ ਜਾਂਦੀ ਨਿਊਰੋ ਸਰਜੀ ਪੀਏ ਤੋਂ ਸਗਏ ਜਨਰਲ ਸੀਐਮਸੀ ਡੀਐਨਸੀ ਚੋਂ ਇੱਕ ਤਾਂ ਇਹ ਵੱਡੀ ਸਮੱਸਿਆ ਹੈ ਦੂਜੀ ਸਮੱਸਿਆ ਇਹਦੇ ਵਿੱਚ ਮਾਫੀਆ ਦੀ ਜਿਹੜੀ ਤੁਸੀਂ ਟੀਮਸ ਦੀ ਕਹੀ ਹੈ ਉਹ ਵੀ ਸੁਣ ਲਓ ਟੀਮਸ ਦੀ ਜ਼ਮੀਨ ਥੜੇ ਦੇ ਥੜਾ ਪਿੰਡਾ ਉਹ ਉੱਥੇ ਗੰਨਾ ਫਾਰਮ ਸੀ ਐਗਰੀਕਲਚਰ ਯੂਨੀਵਰਸਿਟੀ ਦਾ ਉਹਦੀ ਜ਼ਮੀਨ ਅਸੀਂ ਖਰੀਦੀ ਮੇਰੇ ਦਸ ਕੁ ਟਨੇ ਤੇ ਉਹਦੇ ਇਹ ਵਿੱਚ ਉਹਨਾਂ ਨੂੰ ਲਾਡੋ ਵਾਲੀ ਰੋਡ ਤੇ ਗੰਨਾ ਫਾਰਮ ਵਾਸਤੇ ਐਕਸਟਰਾ ਜ਼ਮੀਨ ਦਿੱਤੀ ਖਰੀਦ ਕੇ ਉਹ ਜ਼ਮੀਨ ਖਰੀਦ ਕੇ ਪੁੱਡਾਂ ਨੂੰ ਦੇਤੀ ਵਿੱਚ ਅੱਧੀ ਟ੍ਰੇਡਿੰਗ ਬਣਾਉਣੀ ਆ ਅੱਧੀ ਵੇਚ ਕੇ ਪ੍ਰਾਪਤ ਤੁਸੀਂ ਪੈਸੇ 400 ਕਰੋੜ ਰੁਪਇਆ ਉਸ ਜ਼ਮਾਨੇ ਚ ਪੁੱਡਾਂ ਨੇ ਇਕੱਠਾ ਕਰਾਉਂ ਦਿੱਤੇ ਇਹ ਸਰਕਾਰੀ ਕਾਲਜ ਬੰਨਣਾ ਸੀ ਹੌਲੀ 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 ਨਾ ਤਾਂ ਇੱਕ TGI ਦਾ ਬੰਦਾ ਉਹਨੂੰ ਵਿਚਾਲੇ ਨੂੰ ਪਤਾ ਕੁਝ ਨਹੀਂ ਹੁਣ ਵੀ ਜਿਵੇਂ ਦਾਇ ਹੋਏ ਨਾ ਜਿਹੜਾ ਬੰਦਾ ਕੋਈ ਪ੍ਰੋਫੈਸਰ ਤਾਂ ਗੱਲ ਨਾਲ ਬੰਦਾ ਪ੍ਰਸ਼ਾਸਨਿਕ ਕਚਗਰੀ ਬਣ ਜਾਂਦਾ ਆ ਜਿਹੜਾ ਪੀਪਲਾਂ ਚ ਸਿਸਟਮ ਪ੍ਰਸ਼ਾਸਨ ਦੇ ਕਪੜੇ ਕਿਉਂ ਹੋਏ ਨੇ ਇਹ ਬੰਦੇ ਨੇ ਕਦੇ ਪੇਪਰ ਤੇ ਕਨੈਕਟ ਹੀ ਨਹੀਂ ਕਰੇ ਉਸ ਤਰ੍ਹਾਂ ਦੇ ਉਹਨੂੰ ਪਤਾ ਹੀ ਨਹੀਂ ਵੀ ਅੰਦਰ ਕੀ ਕੀ ਖੁਚ ਹੋ ਸਕਦਾ ਹੁਣੇ ਮੈਨੂੰ ਰਿਕਾਰਡ ਦੇ ਰਿਹਾ ਸੀ ਮੈਂ ਆਪਣੇ ਅੰਤ ਜਿਹੜੇ ਪੇਪਰ ਹੋਏ ਨੇ ਉਹਦੇ ਵਿੱਚੋਂ 25 ਕੇ 23 ਸਵਾਲ ਆਏ ਹੋਣੇ ਅਗਲਾ ਨੰਬਰ ਲਿਖਿਆ ਵੀ ਆਹ ਐਸ ਸਵਾਲ ਹੈ ਆਹ ਨੰਬਰ ਹੈ ਇਹੀ ਨੰਬਰ ਉੱਤੇ ਉਹ ਪੇਪਰ ਨਾਲ ਲਾਤਾ ਉਹਨਾਂ ਨੇ ਮੇਰੇ ਕੋਲ ਹੁਣ ਹੀ ਪੈਨੇ ਹੁਣ ਹੀ ਪ੍ਰਿੰਟ ਕਢਾ ਕੇ ਤੇ ਤੈਨੂੰ ਪਤਾ ਲੱਗਦਾ ਹੈ ਕਿ ਹੈ ਐਡੀ ਮਿੱਟੀ ਕਰਨ ਬਲ ਕਿਉਂ ਹੈ ਫੇ ਮਾਫੀ ਤਾਂ ਚੱਲਦਾ ਹੈ ਕਿ ਮਾਫੀਆ ਉਹ ਬਣਾਈ ਨਹੀਂ ਜਾ ਕੇ ਮੁੜ ਕੇ ਬਾਦਲ ਸਾਹਿਬ ਦੀ ਸਰਕਾਰ ਹੈ ਇਹਨਾਂ ਨੇ ਜਾ ਕੇ ਠੀਕੇ ਪ੍ਰੈਕਟੀਕਲ ਤਾਂ ਠੀਕੇ ਤੇ ਦਿੱਤੀ ਹੈ ਨਾ ਉਹ ਪ੍ਰਾਈਵੇਟ ਦੀ ਤਰ੍ਹਾਂ ਹੀ ਚੱਲਦੀ ਹੈ ਕੋਈ ਬਹੁਤ ਵੱਡਾ ਕੰਮ ਨਹੀਂ ਕਰ ਰਹੀ ਪਰ ਉਹਦੇ ਬਹੁਤ ਸਾਰਾ ਪਬਲਿਕ ਦਾ ਪੈਸਾ ਵੇਸਟ ਹੋ ਗਿਆ ਇਹ ਵੀ ਮਾਕੀਆ ਇੱਕ ਹੋਰ ਮਾਫੀ ਸਾਡੇ ਨਾਲੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਇੱਕ ਗਿਣਾ ਛਾਟ ਉੱਧੇ ਹਰਿਆਣੇ ਕੋਲੇ ਇੱਕ ਕਾਲਜ ਜਿਹੀ 100 ਸੀਟਾਂ ਦਾ ਰੁਤਕ। ਮਾਝੇ ਕੋਲੇ ਇੱਕ ਕਾਲਜ ਸੀ 50 ਸੀਟਾਂ ਦਾ ਇੰਦਰ ਗਾਂਧੀ ਮੈਡੀਕਲ ਕਾਲਜ ਸ਼ਿਮਲਾ। ਅੱਜ ਰੋहतक ਵਾਲਿਆਂ ਕੋਲੇ 250 ਸੀਟਾਂ ਦਾ ਕਾਲਜ ਹੈ ਪੋਸਟ ਗ੍ਰੈਜੂਏਟ ਇੰਸਟੀਚਿਊਟਾਂ ਆਏ ਲੱਗਦਾ ਜਿਵੇਂ 5 ਸਟਾਰ ਹੋਟਲ ਹੁੰਦਾ। ਮੈਂ ਗਿਆ ਜੀ ਉੱਥੇ। 4 ਕਾਲਜ ਉਹਨਾਂ ਨੇ ਹੋਰ ਖੋਲ੍ਹਤੇ ਸਰਕਾਰੀ। ਸਰਕਾਰੀ ਜਿੱਥੇ ਪਿਛੇ 5-4 ਸਾਲ ਤੋਂ ਧਾਕੜੇ ਹੋ ਰਹੇ ਨੇ। ਔਰ ਸਾਰਿਆਂ ਚ ਲੋਕ ਤਾਂ ਕਹਿੰਦੇ ਨੇ ਹਰਿਆਣੇ ਸਾਰਿਆਂ ਇੰਟਰਨੈਟ ਦੇ ਪ੍ਰਤੀ ਹੋਈ ਐ ਮੈਰਿਟ ਦੇ ਪ੍ਰਤੀ ਹੋਈ ਐ ਟੀਚਰਾਂ ਦੀ ਫਰੀਦਾਬਾਦ ਖੋਲਿਆ ਮਵਾਤ ਜਿਹੜਾ ਮੁਸਲਮਾਨੀ ਏਰੀਆ ਰਿਮੋਟ ਏਰੀਆ ਮਵਾਤ ਚ ਖੋਲਿਆ ਤਰਨਾਥ ਚ ਖੋਲਿਆ ਕਲਪਨਾ ਚਾਵਲਾ ਤੇ ਸੋਨੀਪੱਥ ਚ ਖੋਲਿਆ ਬਪਨਾ ਮੈਡੀਕਲ ਕਾਲਜ ਚਾਰ ਕਾਲਜ ਸਰਕਾਰੀ ਖੇਤਰ ਚ ਇੱਕ ਫਰੀਦਾਬਾਦ ਚ ਖੋਲਿਆ ਇਸ ਸਰਕਾਰੀ ਖੇਤਰ ਚ ਖੋਲਦੇ ਨੇ ਖਮਾਤਰ ਨੇ ਪੰਜ ਖੋਲ ਤੇ ਸਰਕਾਰੀ ਖੋਲ ਨਾਹਾਂਚ ਖੋਲਤਾ ਆਪ ਦਾ 100 ਸੀਟ ਦਾ ਕਰਤਾ ਆਈ ਫਿਮਰਾ ਨਾਹਾਂਚ ਕਾਲ ਦੇ ਖੋਲਤਾ ਟਾਂਡਾ ਜਿਕਾ ਦੇ ਖੋਲਤਾ ਕਾਂਗਰਸ ਦੇ ਵਿੱਚ ਅਮੀਰਪੁਰ ਚਕਾਲ ਦੇ ਖੋਲਤਾ ਚੰਬੇ ਚਕਾਲ ਦੇ ਖੋਲਤਾ ਮੰਡੀ ਚ ਖੋਲਤਾ ਇਹਨੂੰ ਪੁੱਛਿਓ ਵੀ ਤੁਸੀਂ ਕੀ ਕਰਦੇ ਹੋ ਐਨੀ ਕੁੱਤੀ ਜਿਨੀ ਸਟੇਟ ਹੈ ਸਰਕਾਰੀ ਇਹ ਸਰਕਾਰੀ ਕਾਲ ਜਨੇ ਫੈਨੋ ਫੀਸ ਵੀ ਘਟਾ। ਉਹ ਇਹਦਾ ਮਤਲਬ ਹੈ ਪੰਜਾਬ ਦੇ ਵਿੱਚ ਪਿਛਲੇ ਸਾਡਾਂ ਦੇ ਵਿੱਚ ਬਹੁਤ ਹੀ ਨਲੱਗੀ ਛਾਈ ਹੋਈ ਹੈ ਕਿਉਂਕਿ ਅਸੀਂ ਪੀਜੀਆਈ ਦੇ ਉੱਤੇ ਡਿਪੈਂਡ ਕਰਦੇ ਹਾਂ ਪੀਜੀਆਈ ਨੇ ਉਹਨਾਂ ਨੇ ਕਦੇ ਨਾ ਅੰਦੀ ਦੇਸ ਨੂੰ ਪੜਾਇਆ ਨਾ ਉਹਨਾਂ ਨੂੰ ਪਤਾ ਪੀਜੀਆਈ ਵਾਲੇ ਚੌਧਰੀ ਬਣੇ ਹੋਏ ਨਹੀਂ ਇੱਥੇ ਪੀਜੀਆਈ ਦੀ ਬ੍ਰਾਂਚ ਖੋਲ੍ਹ ਦੋ ਇੱਥੇ ਪੀਜੀਆਈ ਦੀ ਬ੍ਰਾਂਚ ਖੋਲ੍ਹ ਦੋ ਇਹ ਹੀ ਗੱਲ ਹੈ ਵੀ ਹਰੇਕ ਪਿੰਡ 'ਚ ਕਾਲਜ ਦੀ ਬ੍ਰਾਂਚ ਖੋਲ੍ਹ ਦੋ ਭਾਈ ਜਿੱਥੇ ਪ੍ਰਾਇਮਰੀ ਸਕੂਲ ਚਾਹੀਦਾ ਉੱਥੇ ਕਾਲਜ ਦੀ ਬ੍ਰਾਂਚ ਚੱਲਣੀ ਹੀ ਨਹੀਂ ਕਾਲਜ ਆ ਉਹਦਾ ਕਾਲਜ ਵਾਲਾ ਕੰਮ ਕਰੇ ਯੂਨੀਵਰਸਿਟੀ ਆ ਉਹਦਾ ਯੂਨੀਵਰਸਿਟੀ ਵਾਲਾ ਕੰਮ ਕਰੇ ਪੀਜੀਆ ਹੀ ਅਸਲ ਚ ਮੈਡੀਕਲ ਦੀ ਯੂਨੀਵਰਸਿਟੀ ਆ ਸੱਚੀ ਵਿੱਚ ਪੀਜੀਆ ਖੁਦ ਲਈ ਗਰੀਦ ਹੁੰਦੀ ਆ ਡੀਐਮਡੀ ਯੂਨੀਵਰਸਿਟੀ ਆ ਇਹ ਤੁਸੀਂ ਹਰ ਜਗ੍ਹਾ ਤੇ ਡੀਐਮਡੀ ਯੂਨੀਵਰਸਿਟੀ ਮੁੰਡਾਪੁਰ ਖੋਲ੍ਹ ਦਿਓ ਜੀ ਹਿਸ਼ਾਨਪੁਰ ਚ ਖੋਲ੍ਹ ਦਿਓ ਜੀ ਫਰੋਜਪੁਰ ਚ ਖੋਲ੍ਹ ਦਿਓ ਜੀ ਸੰਗਰੂਰ ਚ ਖੋਲ੍ਹ ਦਿਓ ਜੀ ਤੇ ਤੀਜੀ ਚ ਲਾਵੇ ਕੋਈ ਟ ਕਨਫਲਿਕਟ ਆਫ ਇੰਟਰਸਟ ਹੁਣੀ ਮੇਰੇ ਨਾਲ ਇੱਕ ਤੁਹਾਡੇ ਮਿੱਤਰ ਜਰਨਲਿਸਟ ਡਿਸਟਰਬ ਕਰ ਰਿਹਾ ਜੀ ਵੀ ਕਨਫਲਿਕਟ ਆਫ ਇੰਟਰਸਟ ਕੀ ਹੈ ਇਹ ਕਨਫਲਿਕਟ ਆਫ ਇੰਟਰਸਟ ਹੈ ਕਿਉਂਕਿ ਪੀ ਜਿਆ ਦਾ ਇੰਟਰਸਟ ਹੈ ਵੀ ਸਾਡੇ ਅੜੀ ਫੈਕਲਟੀ ਫੂਲੀ ਨਾ ਚੋ ਚੌਧਰੀ ਬਣ ਕੇ ਰਹੋ ਠੀਕ ਹੈ ਤੇ ਮੈਨੂੰ ਗੱਲ ਸਮਝ ਕਾਦਾ ਜੀ ਮੈਂ ਪੜਦਾ ਸੀ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੇ ਬੰਬੇ ਵਗੈਰਾ ਦੇ ਕਾਲ ਜਨੇ ਉੱਥੇ ਪ੍ਰੋਫੈਸਰ ਬਿਨਾਂ ਤਨਖਾਹ ਦੇ ਲੱਗ ਜਾਂਦੇ ਨੇ ਮੈਡੀਕਲ ਅਧਿਆਪਨ ਬਈ ਕਹ ਬਿਨਾਂ ਤਨਖਾਹ ਦੇ ਕਿਵੇਂ ਲੱਗ ਜਾਂਦੇ ਨੇ ਉਗਾਏ ਤੇ علاوہ ਤਾਂ ਨੂੰ ਪਤਾ ਨਹੀਂ ਉਹ ਜਿਹੜਾ ਸਮਾਨ ਖਰੀਦਦਾ ਜਾਂਦਾ ਉਹ ਕਿੰਨਾ ਪੈਸਾ ਲਿੰਦਾ ਕਰੋਨਾ ਦਾ ਇਹਦਾ ਸਮਾਨ ਖਰੀਦਦਾ ਜਾਣਾ ਉਹ ਚੋ ਪੈਸਾ ਹੈ ਇਹ ਇਹ ਕਿਉਂ ਚੱਲਦਾ ਹੈ ਵੀ 2% ਰੇਕ ਦਾ ਕਮਿਸ਼ਨ ਇਹਦਾ ਐਸ ਡੀਓ ਦਾ ਉਹ ਤੇਦਾ ਸਭ ਨੂੰ ਪਤਾ ਕੋਈ ਕਹੋਗੇ ਜੇ ਸਮਝੋ ਸਮਝ ਕਰ ਹੈ ਹਰੇਕ ਨੂੰ ਪਤਾ ਸੋ ਇਸ ਕਰਕੇ ਜੇਲਾ ਇਹ ਜਦ ਮਾਫੀਆ ਹੋ ਜੇ ਇਹ ਸਾਰੇ ਮਾਰਕੀਨ ਹੈਲਥ ਡਿਪਾਰਟਮੈਂਟ ਚ ਦਾਖਲਿਆਂ ਦਾ ਮਾਫੀਆ ਫੀਸਾਂ ਦਾ ਮਾਫੀਆ ਨਾਕਨਾਂ ਦਾ ਮਾਫੀਆ ਬਿਲਡਿੰਗਾਂ ਦਾ ਮਾਫੀਆ ਦਵਾਈਆਂ ਦਾ ਮਾਫੀਆ ਮੈਡੀਕਲ ਰਿਜਲ ਦਾ ਮਾਫੀਆ ਪਾਸ ਫੇਰ ਕਰਨ ਦਾ ਮਾਫੀਆ ਪ੍ਰਾਈਵੇਟ ਚ ਭੇਜਣ ਦਾ ਮਾਫੀਆ 108 ਉਹ ਸਰਕਾਰੀ ਹਸਪਤਾਲ ਤੋਂ ਸਰਕਾਰੀ ਚ ਉਹ ਸਮਰੀਜ਼ ਨੂੰ ਲੱਗੇ ਜਾਂਦੇ ਨੇ ਜਿਹੜਾ ਜਿਹੜਾ ਕੋ ਪਤਾ ਨਾ ਹੋਵੇ ਇਹ 4 ਪੈਸੇ ਬਚਨ ਵਾਲੇ ਹੁੰਦੇ ਨਾ ਉਹ ਸਿੱਧੀ ਪ੍ਰਾਈਵੇਟ ਚ ਲੈ ਕੇ ਜਾਂਦੇ ਨੇ ਉਹ ਕਿਉਂਕਿ ਪ੍ਰਾਈਵੇਟ ਵਾਲਾ ਉਹਨੂੰ ਵੈਸੇ ਦੇਣਾ। 7:00 ਵਜੇ ਚੱਲਦੇ ਨੇ। ਆ ਮੈਕਸ ਸਟਾਰ। ਉਹਦੇ ਵਿੱਚ ਉਹ ਕੰਫਲਿਕਟ ਉਹਨਾਂ ਤਸਵੀਰ ਨੇ। ਉਹ ਸਾਬ ਲੱਗੇ ਹੋਏ ਨੇ ਐਮਸੀਆਈ ਦੇ ਜਿਹਨੇ ਨੰਬਰ ਕਢਾਇਆ ਜਿਹੜੇ ਸਰਕਾਰ ਦੇ ਸਲਾਹਕਾਰ ਵੀ ਨੇ। ਉਹਨਾਂ ਨੇ ਬਠਿੰਡੇ ਦਾ ਸਰਕਾਰੀ ਹਸਪਤਾਲ ਦੀ ਮੈਕਸ ਨੂੰ ਦਵਾਤਾ ਅੱਧੀ ਜਗ੍ਹਾ ਮਹਾਦੀ ਦਾ ਵੀ ਦਵਾਤਾ। ਮਹਾਦੀ ਦਾ ਮੈਡੀਕਲ ਕਾਹਦੀ ਖੁੱਲਣਾ ਸੀ। ਮੈਂ ਕਿਉਂ ਕਹਿੰਦਾ ਮਾਫੀਆ ਕਿਵੇਂ ਹੈ? ਉਹ تھی ਅਕਸਰ ਕੱਪੜਾ ਹੁੰਦਾ ਸੀ ਬਿਲਕੁਲ ਸਾਹਮਣੇ ਛੇ ਫੇਚ। ਉਹ ਅਰਸਿਕਾਲ ਦੇ ਬੰਦ ਕਰਕੇ ਕਹਿੰਦੇ ਹੋਰ ਜਗ੍ਹਾ ਤੇ ਦੇ ਦਾਂਗੇ। ਉੱਥੇ ਫੈਮਿਲੀ ਐਸ਼ਨ ਫੈਮਿਲੀ ਸਟੇਟ ਫੈਮਿਲੀ ਇੰਸਟੀਚਿਊਟ ਚੱਲਦੀ ਸੀ। ਕਹਿੰਦੇ ਉਹ ਵੀ ਹੋਰ ਜਗ੍ਹਾ ਤੇ ਲੈ ਜਾਓ। ਇੱਕ ਗੱਲ ਲੈ ਲਈ। ਸਿਵਲ ਸਾਰ ਵੀ ਕਹਿੰਦੇ ਅਸੀਂ ਲੈ ਲੈਣਾ। ਉੱਥੇ ਮੈਡੀਕਲ ਕਾਲ ਚਲਾਉਣਾ ਹੈ। ਡਾਕਟਰ ਬੀ ਆਰ ਅੰਮ੍ਰਿਤ ਕਾਲ ਮੈਡੀਕਲ ਕਾਲ। ਉੱਥੇ ਚੰਨਾ ਨਹੀਂ ਉਹ ਜਗ੍ਹਾ ਥੋੜੀ ਹੈ। ਪਹਿਲਾਂ ਇਹ ਸਾਰੇ ਇਹ ਮੈਂ ਇਹ ਬਿਲਡਿੰਗ mafia ਦਾ ਕੰਮ ਹੈ। ਇੰਨਾ ਸਾਰੇ ਰਿਪਾਇਰ ਕਰ ਲੋ ਇਹਨਾਂ ਵਾਸਤੇ ਜਿਹੜੀ ਜਗ੍ਹਾ ਲੈਣੀ ਹੋ ਜ ਪੈਸਾ ਖਾਓ ਤੇ ਮੈਡੀਕਲ ਐਜੂਕੇਸ਼ਨ ਲਈ ਹੈ ਇਸ ਕਰਕੇ ਮੈਡੀਕਲ ਐਜੂਕੇਸ਼ਨ ਉਹਨਾਂ ਨੂੰ ਜਗ੍ਹਾ ਦੇ ਕੇ ਦੇਗਾ ਫਿਰ ਤੇ ਸੱਦੇ ਵਾਹੀ ਹੋਏਗੀ ਫਿਰ ਇਹਨੂੰ ਠਾਪਨ ਕਰਕੇ ਠੀਕ ਕਰੋ ਫਿਰ ਉਹਦੇ ਪੈਸੇ ਫਿਰ ਇਹਨੂੰ ਕਹੋ ਵੀ ਹੁਣ ਤਾਂ ਇਹ ਵੀ ਇੱਥੇ ਤੱਕ ਆਲ ਚੱਲ ਨਹੀਂ ਸਕਦਾ ਕਿਉਂਕਿ ਨਹੀਂ ਚੱਲਣਾ ਉਸੇ ਜਗ੍ਹਾ ਨਹੀਂ ਹੁੰਦੀ ਫਿਰ ਉਹਦੇ ਉਹ ਮੁੰਡਾ ਪਰਲਾ ਚੱਲੋ ਜੀ ਫਿਰ ਇਹਨੂੰ ਟਾਹੋ ਉਸੇ ਨਮੀ ਬਣਾ ਕੇ ਫਿਰ ਪੈਸੇ ਇੱਕ ਬੰਦਾ ਮੈਂ ਤੁਹਾਨੂੰ ਕੋਈ ਮੈਂ ਇਹ ਕਹੂੰ ਕਿ ਲੋਕਾਂ ਦੇ ਜੋਕ ਹੁੰਦੇ ਸਾਡੇ ਬਚਪਨ ਚ ਸੁਣਦੇ ਹੁੰਦੇ ਕਹਿੰਦੇ ਕੋਈ ਬੰਦਾ ਆ ਗਿਆ ਬਦਲ ਕੇ ਕਿਸੇ ਸ਼ਹਿਰ ਚ ਉੱਥੇ ਉਹਨੇ ਦੇਖਿਆ ਕਿ ਕਿਸੇ ਨੇ ਲਿਖਿਆ ਹੋਇਆ ਵੀ ਇੱਥੇ ਤਲਾਬ ਪਟਿਆ ਵੀ ਲਿਖਿਆ ਤਲਾਬ ਦੀ ਸਫਾਈ ਕਰਾਈ ਵੀ ਪਾਣੀ ਦੀ ਬੜੀ ਲੋੜ ਸੀ ਰੈਵਨਿਊ ਡਿਪਾਰਟਮੈਂਟ ਨੇ ਕਰਵਾ ਕੇ ਦਿੱਤਾ ਇਰੀਗੇਸ਼ਨ ਤੋਂ ਜੋ ਵੀ ਆ ਉਹ ਠੀਵੀਂ ਠਲਾਬ ਤਾਂ ਠੀਕ ਤੇ ਹੈ ਹੀ ਨਹੀਂ ਉਹ ਦੱਬ ਗਿਆ ਦੱਬ ਗਿਆ ਕੋਈ ਹੁਣ ਰੱਦਿਆ ਨਹੀਂ ਹੁਣ ਮਨਚ ਫੈਸਲਾ ਕਰ ਲਿਆ ਉਹ ਬਾਬੂ ਨੂੰ ਬੁਲਾਇਆ ਆਪਣੇ ਨੂੰ ਕਹਿੰਦਾ ਲਿਖ ਦੇ ਵੀ ਇਹ ਤਲਾਬ ਚ ਲੋਕ ਡੁੱਬ ਡੁੱਬ ਕੇ ਮਰਦੇ ਸੀ ਬੜਾ ਖਤਰਨਾਕ ਹੋ ਗਿਆ ਸੀ ਪਾਣੀ ਦੀ ਹੁਣ ਲੋੜ ਨਹੀਂ ਸੀ ਅਸੀਂ ਇਹਨੂੰ ਪੂਰਤਾਂ ਪੈਸੇ ਉਹਨੇ ਹੀ ਦੇ ਲਏ ਮਸ਼ੀਨ ਖਰੀਦ ਲੈਂਦੇ ਨੇ ਕਮਰੇ ਦਾ ਪੈਸਾ ਬਜਟ ਨਹੀਂ ਬਣਾਉਂਦੇ ਮਹਿੰਗੀ ਮਸ਼ੀਨ ਜੀ 5 ਕਰੋੜ ਦੀ 4 ਕਰੋੜ ਦੀ ਮਸ਼ੀਨ ਆ ਗਈ ਬੁੱਲੜੇ ਜਾਂਕ ਕਮਰੇ ਦਾ ਪੈਸਾ ਹੀ ਬਣਾਇ ਨਹੀਂ ਕਮਰਾ ਹੈ ਨਹੀਂ ਉਹਦੀ ਹੌਲੀ ਹੌਲੀ ਚਿੱਟੀ ਲਗੀ ਜਾਣੀ ਆ ਵੀ ਕੋਈ ਪੁੱਛੇ ਨਾ ਤੇ ਉਹਨੂੰ ਟੁੱਟੇ ਜੇ ਕਮਰੇ ਚ ਰੱਖ ਦੇਣਾ ਹੁਣ ਭਾਦੋਂ ਦੀ ਮਹੀਨੇ ਚ ਮੋਰੀ ਮਾਰੀ ਵੀ ਕਰਾ ਦੇਣੀ ਛੱਤ ਚ ਉੱਥੇ ਪਾਣੀ ਪੈ ਜਾਣਾ ਫੇਰ ਕਹਿੰਦੇ ਜੀ ਮਸ਼ੀਨ ਲਾਉਣ ਨੂੰ ਜਗ੍ਹਾ ਨਹੀਂ ਸੀ ਇਹ ਤਾਂ ਮਸ਼ੀਨ ਜੱਕ ਵੱਢ ਗਈ ਇਹ ਦੱਸ ਜਿਣੀ ਵੀ ਪਹਿਲਾਂ ਹੀ ਜੱਕ ਸੀ ਉਹ ਵੈਂਟੀਲੇਟਰ ਵਾਲਾ ਸਭ ਹੋਇਆ ਸੀ ਫਰੀਦਕੋਟ ਚੋਂ ਵੈਂਟੀਲੇਟਰ ਲੱਭੇ ਸੀ ਕਿ ਪੁਰਾਣੇ ਜਦੋਂ ਆਪਣਾ ਕਰੋਨਾ ਦਾ ਚਲੋ ਇਹਦੇ ਬਹੁਤ ਕੁਸ਼ ਹੈ ਮੈਂ ਤੁਹਾਨੂੰ ਇਹ ਤਾਂ ਦਿੱਤੀ ਆ ਇੱਕ ਕਾਮਨ ਜੀਆਂ ਐਗਜ਼ਾਮਪਲਸ ਤਾਂ ਦਿੱਤੀਆਂ ਨੇ ਵੀ ਇਹ ਸਾਰਾ ਜਿਹੜਾ ਤੁਸੀਂ ਕਹਿੰਨੋ ਮਾਫੀਆ ਕਿੰਨੇ ਆ ਇਸ ਮਾਫੀਆ ਨੂੰ ਦੇਖਣ ਦਿਓ ਇਹਨੂੰ ਕੋਈ ਨਹੀਂ ਦੇਖੇਗਾ ਤੇ ਉਹ ਘਰੇ ਕੰਡਾ ਕਹਾਣੀਆਂ ਪੜ੍ਹੀਆਂ ਜਾਂਦਾ ਜਿਨੇ ਆ ਤੁਹਾਨੂੰ ਦੱਸੇ ਸੀ ਵੀ ਕਦਕਾੜੀ ਕਰਨ ਵਾਲੇ ਤਾਂ ਸਾਰਿਆਂ ਵਾਸਤੇ ਬਰਾਬਰ ਉਹਨੂੰ ਪੁੱਛੇ ਜਿਹੜਾ ਅਪ੍ਰੈਲ ਚ ਪੇਪਰ ਆਉਂਦੇ 23 ਸਵਾਲ ਪਾਉਣੇ ਤਾਂ ਠੀਕ ਹੈ ਸਰਕਾਰ ਪਰਤਾਲ ਕਰਨੋ ਚਾਹ ਨਹੀਂ ਇਸਦੇ ਕਿਉਂ ਨਾ ਜੁਡੀਸ਼ੀਅਲ ਜਾਂਚ ਕਰਾਈਆ ਬਈ ਅੱਡੇ ਵੱਡੇ ਤੁਸੀਂ ਭਰਤੀ ਕਰ ਰਹੇ ਹੋ ਫਿਊਚਰ ਨੂੰ ਤੁਸੀਂ ਉਹ ਕਰ ਰਹੇ ਹੋ ਸਟੇਟ ਦਾ ਪੈਸਾ ਖਰਚ ਕਰਦੇ ਹੋ ਰੌਲਾ ਇੰਨਾ ਪੈ ਗਿਆ ਕਿ ਤੁਸੀਂ ਜੁਡੀਸ਼ੀਅਲ ਪ੍ਰੂਵ ਕਰਾ ਦੋ ਉਹ ਤਾਂ ਰੋਜ ਕਹਿੰਦੇ ਹੋ ਉਹ ਬਰਗਾੜੀ ਤੇ ਜੁਡੀਸ਼ੀਅਲ ਕਰਾਓ ਜੀ ਨਸ਼ਾ ਤੇ ਕਰਾਓ ਜੀ ਫਲਾਣੇ ਤੇ ਕਰਾਓ ਜੀ ਇਸ ਤੇ ਕਿਉਂ ਨਹੀਂ ਜੁਡੀਸ਼ੀਅਲ ਪ੍ਰੂਵ ਕਰਾਉਂਦੇ ਕੌਣ ਰੋਕਦਾ ਤੁਹਾਨੂੰ ਹਾਈ ਕੋਰਟ ਦੇ ਜਾਂ ਸਾਬ ਨੂੰ ਲਾ ਦੋ ਇਹਨਾਂ ਅਗਦਾ ਜੀ ਨੂੰ ਲਾ ਦੋ ਲਾ ਰੋਪ ਕਿਉਂ ਨਹੀਂ ਕਰਾਉਂਦੇ ਜਿਹੜੇ ਸਾਡੇ ਵਰਗੇ ਰੋਜ਼ ਬੋਲਦੇ ਨੇ ਵੀ ਇਹਨਾਂ ਨੇ ਆ ਹੇਰਾ ਫੇਰੀ ਕਰੀ ਆ ਉਹਨਾਂ ਬੁਲਾ ਲਓ ਵਿਆਹ ਫਾਲਣ ਹੋ ਦੱਸੋ ਕਿਹੜੀ ਹੇਰਾ ਫੇਰੀ ਆ ਨਹੀਂ ਤੁਹਾਨੂੰ ਅੰਦਰ ਕਰਾਂਗੇ ਇਹਨੇ ਰੋਜ਼ ਮੀਡੀਆ ਜਾ ਕੇ ਕਹੀ ਜਾਂਦੇ ਹੋ ਹੇਰਾ ਫੇਰੀ ਹੋਈ ਐ ਹੇਰਾ ਫੇਰੀ ਹੋਈ ਐ ਸਾਡੀ ਸਰਕਾਰ ਦੀ ਬੇਇੱਜ਼ਤੀ ਕਰਦੇ ਹੋ ਤੇ ਤੁਹਾਨੂੰ ਅੰਦਰ ਕਰਾਂਗੇ ਜੇ ਸਬੂਤ ਨਾ ਹੋਇਆ ਕਹਿਣਾ ਨੇ ਕਹਣਾ ਤਾਂ ਇਹ ਇਸ ਕਰਕੇ ਆਪਾਂ ਇਹ ਸਮਝੀਏ ਜੇ ਕਹਿਣਾ ਫਿਰ ਕੀ ਕਹਿਣਾ ਕਮਰ ਨੇ ਕਹਤਾ ਵੀ ਤਾਂ ਆਰਐਸਐਸ ਦਾ ਬੰਦਾ ਹੈ ਉਹ ਆਰਐਸਐਸ ਦਾ ਹੋਵੇ ਅਕਾਲੀਆਂ ਦਾ ਹੋਵੇ ਉਹ ਕਾਂਗਰਸੀਆਂ ਦਾ ਹੋਵੇ ਕਿਸੇ ਦਾ ਵੀ ਨਾ ਹੋਵੇ ਉਹ ਕਾਮਰੇਡਾਂ ਦਾ ਹੋਵੇ ਇਸ ਤੋਂ ਅਸੀਂ ਕੀ ਕਹਿਣਾ ਸਾਡੇ ਵਾਸਤੇ ਤਾਂ ਕੰਮ ਠੀਕ ਹੋਣਾ ਚਾਹੀਦਾ ਸਾਡਾ ਮਤਲਬ ਇਹ ਕਿਉਂ ਤੁਸੀਂ ਉਹਦੇ ਇਹ ਜਿਹੇ ਉਹਨਾਂ ਨੂੰ ਨੋਟਿਸ ਦਿੱਤਾ ਉਹਨੂੰ ਵੀ ਤੂੰ ਮੈਨੂੰ ਕਿਹਾ ਸਰ ਪ੍ਰਸ਼ਾਸਕ ਪ੍ਰਸ਼ਾਸਕ ਲੱਗ ਗਿਆ ਜੀ ਅਜੋਦਾ ਮੁੰਡਾ ਬਿਜਲੀ ਬੋਰਡ ਦੇ ਵਿੱਚ ਲਾ ਤਾਂ ਹੋਣਾ ਫਿਰ ਫਿਰ ਆਏ ਤਾਂ ਫਿਰ ਬਹੁਤ ਕੁਝ ਆ। ਤੋਂ ਇਸ ਕਰਕੇ ਮੇਰਾ ਜਿਹੜਾ ਸਵਾਲ ਹੈ ਉਹ ਇਹ ਹੈ ਵੀ ਜਦ ਤੁਹਾਡੇ ਚ ਇੰਦਾ ਵੱਡਾ ਸਵਾਲ ਖੜਾ ਹੋ ਗਿਆ ਬੜੀ ਇੱਕ ਸਪੈਸ਼ਲਟੀ ਨਹੀਂ ਆ ਪੰਜਾਬੀ ਵਾਲਾ ਇਹਨਾਂ ਮੇਰੇ ਕੋਲ ਆਇਆ ਪਿਆ। ਉਹਨਾਂ ਦਾ ਆਇਆ ਤੇ ਵੀ ਇਹਨਾਂ ਦਾ ਇੰਟਰ ਸੀ ਮੈਰਿਟ ਕਹਿੰਦੇ ਆ ਇਸ ਨੂੰ ਅਸੀਂ। ਵੀ ਜੇ ਬਰਾਬਰ ਨੰਬਰ ਆ ਜਾਣ ਫਿਰ ਕੀ ਕਰਨਾ? ਉਹ ਕ੍ਰਾਈਟੇਰੀਆ ਗਲਤ ਬਣਿਆ ਹੋਇਆ। ਪੂਰੀ ਦੁਨੀਆ ਦੀ ਉਲਟਾ ਕੇ ਕ੍ਰਾਈਟਰੀਆ ਬਣਾਤਾ ਔਰ ਉਹਦੇ ਜੇਲ੍ਹ ਕਿਸੇ ਦੀ ਡੇਟ ਆਫ ਬਰਥ ਤੋਂ ਬਰਾਬਰ ਹੋਈ ਫੇ ਪੰਗਾ ਪਿਆ ਰਹੂ ਫੇ ਮਰਜ਼ੀ ਕਰਨਗੇ ਤੁਸੀਂ ਕਾਨੂੰਨ ਇਹੋ ਜਿਹਾ ਬਣਾਓ ਜਿਹਦੇ ਨਾਲ ਤੁਸਨੋ ਮਰਜ਼ੀ ਚੱਲ ਜੇ ਤੁਹਾਡੀ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਕਿਵੇਂ ਆਏ ਇਹਨਾਂ ਆਖਿਆ ਦਾਖਲੇ ਦਾ ਜਿਹੜਾ ਮੈਂ ਕਹਿੰਦਾ ਸੀ ਮੇਰੇ ਕੋਲ ਪਾਸੋਂ ਸ਼ਿਕਾਇਤ ਆਈ ਕਿ ਜਿਹੜੀ ਆ ਨਰਸਿੰਗ ਬੀਐਸਸੀ ਚ ਦਾਖਲਾ ਹੋਣਾ ਸੀ ਮੇਰੇ ਨੰਬਰ ਵੱਧਨੇ ਮੈਨੂੰ ਦਾਖਲਾ ਮਿਲਿਆ ਨਹੀਂ ਤੇ ਆ ਬੱਚੇ ਜਿਨ੍ਹਾਂ ਦੇ ਘੱਟ ਨੂੰ ਉਹਨਾਂ ਨੂੰ ਮਿਲ ਗਿਆ। ਨਿਕਲ ਯੂਨੀਵਰਸਿਟੀ ਜਾ ਕੇ ਪਤਾ ਕਰੋ ਮੈਂ ਉਹਨੂੰ ਭੇਜਿਆ। ਪਤਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਿੰਨਾ ਕਿ ਮੈਨੂੰ ਵੀ ਉਹਨਾਂ ਨੂੰ ਉਹ ਜਾ ਕੇ ਪਤਾ ਲੱਗਿਆ ਵੀ ਉਹਨੇ ਮੈਨੇਜਮੈਂਟ ਕੋਟਾ ਦਿਖਿਆ ਨਹੀਂ ਸੀ। ਇਹ ਇਹ ਮੈਨੇਜਮੈਂਟ ਕੋਟਾ ਗਵਰਨਮੈਂਟ ਕੋਟਾ ਦਿਖਨ ਦੇ ਵਿੱਚ ਜਿਹੜੀ ਠੱਗੀ ਸੀ ਇਹ ਮੇਰੇ ਜਾਣ ਤੋਂ ਜਦ ਮੈਂ ਰਜਿਸਟਰ ਕਰ ਉਹ ਤੋਂ ਪਹਿਲਾਂ ਵੀ ਇਹੀ ਚੱਲਦੀ ਸੀ। ਬਿਤੂ ਆ ਨਹੀਂ ਭਰਿਆ ਤੂੰ ਆਏ ਨਹੀਂ ਭਰਿਆ ਤੂੰ ਫਲਾਨੀ ਇਸ ਪਾਸੇ ਮੈਂ ਜਾਣਸਾਰ ਰੂਲ ਬਣਾਤਾ ਵੇ ਤੁਸੀਂ ਭਰਨਾ ਹੀ ਨਹੀਂ ਕੋਈ ਕੁਝ ਤੁਸੀਂ ਫਾਰਮ ਭਰੋ ਜਿੱਥੇ ਤੁਹਾਨੂੰ ਦਾਖਲਾ ਮਿਲਦਾ ਹੋਊਗਾ ਤੁਹਾਨੂੰ ਦੱਸਦਾ ਆ ਮੇਰ ਦਾ ਭਾਈ ਸਾਹਮਣੇ ਸਾਹਮਣੇ ਹੋਊਗਾ ਜੇ ਡੈਣਾ ਹੋਵੇ ਲੈ ਦੂ ਨਹੀਂ ਨਾਲ ਸੀ ਫਿਰ ਤੁਸੀਂ ਪਹਿਲੀ ਵਾਰੀ ਕਾਉਂਸਲਿੰਗ ਤੇ ਨਹੀਂ ਆਏ ਫਿਰ ਕੀ ਹੋ ਗਿਆ ਅਗਲੀ ਵਾਰੀ ਆਜੋ ਜਿਹੜੀ ਸੀਲ ਕਾਦੀ ਉਹ ਤੁਹਾਨੂੰ ਦੇ ਦਾਂਗੇ ਜੇ ਤੁਸੀਂ ਤੁਸੀਂ ਕਿਉਂ ਕਹਣਾ ਵੀ ਤੁਸੀਂ ਗਵਰਨਮੈਂਟ ਕੋਟਾ ਪਰੋ ਜੀ ਉਹਨਾਂ ਵਿਚਰਨ ਪਤਾ ਨਹੀਂ ਮੈਂ ਮਾਰਕਟ ਦਾ ਕੀ ਹਿਸਾਬ ਹੈ ਇਹ ਬਰੀਕ ਅਮੈਰ ਦਾ ਤਰੀਕਾ ਹੈ ਆਨਲਾਈਨ ਕੋ ਬੰਦਾ ਤਾਂ ਤੁਸੀਂ 2000 ਜਾਂ 1000 ਦਾ ਅਕਲ ਕਰਨਾ ਉਹਦੀ ਆਨਲਾਈਨ ਕਾਉਂਸਲ ਨਹੀਂ ਕੀ ਲੋੜ ਹੈ ਭਾਈ ਇੱਕ ਦਿਨ ਬੈਠੋ ਬੁਲਾੜੋ ਲੈ ਵੀ ਬੋਲੋ ਕਿਰਾ ਕਿਹੜਾ ਮਿਲਦਾ ਨਾਲ-ਨਾਲ ਤੁਸੀਂ ਕਰਕੇ ਦੇਈਓ ਮੈਂ ਇੱਕ ਆਈਐਸ ਅਫਸਰ ਨੂੰ ਇਦਾਂ ਦੇਖਿਆ ਮੈਂ ਐਵੇਂ ਨਹੀਂ ਮਤਲਬ ਸਿੱਖ ਗਿਆ ਡਾਕਟਰਾਂ ਦੀ ਭਰਤੀ ਕਰਨੀ ਸੀ ਉਸਨੇ ਉਹਨੇ ਕੀਤਾ ਕਿ ਸਾਰੇ ਬਾਬੂ ਬਿਠਾ ਲਏ ਨੈਰੇਟਰ ਲਿਖ ਕੇ ਬਹਾਰ ਲਾ ਫੀ ਸਾਰਿਆਂ ਦੀ ਨਾਲ ਖਾਦੀ ਸਟੇਸ਼ਨ ਦਾ ਤੇ ਡਿਸ਼ਤਾ ਵੀ ਇਹਨਾਂ ਤੋਂ ਆਪ ਦਾ ਚੂਜ਼ ਚੂਜ਼ ਕਰਕੇ ਆਓ ਵੀ ਤੁਹਾਨੂੰ ਜੇ ਇੱਕ ਮੇਰੇ ਕੋ ਕਿਹੜਾ ਦੂਜਾ ਕਿਹੜਾ ਤੀਜਾ ਕਿਹੜਾ ਅੰਦਰ ਆਉਂਦਾ ਮੈਂ ਜਾਨਾ ਹਾਂ ਠੀਕ ਹੈ ਦੱਸੋ ਕਿਹੜਾ ਸਟੇਸ਼ਨ ਮੈਂ ਕਹਿੰਦਾ ਜੀ ਆ ਦੇ ਦੋ ਕਹਿੰਦੇ ਤਾਂ ਹੈ ਨਹੀਂ ਫਰਜ ਕਰੋ ਉਹ ਕੱਟ ਗਿਆ ਦੂਜਾ ਦੱਸਤਾ ਉਹ ਹੈਗਾ ਫਰਜ ਕਰੋ ਉਹ ਭਰ ਦੇਣਾ ਨਾਮ ਵੀ ਨਾਲ ਆ ਲੈ ਆਰਡਰ ਫਿਰਤਾ ਇਥੋਂ ਦਾ ਮੈਡੀਕਲ ਦਾ ਆਰਡਰ ਇਥੋਂ ਆ ਚੱਲਣ ਬਾਹਰ ਜਾ ਕੇ ਕਰ ਲੂ ਮੈਡੀਕਲ ਕਰਾ ਕੇ ਜੁਆਇਨ ਕਰ ਆ ਤਰੀਕਾ ਹੁੰਦਾ ਹੈ ਮੈਰਿਟ ਬਾਹਰ ਲੱਗੀ ਆ ਖਾਦੀ ਸਟੇਸ਼ਨ ਬਾਹਰ ਲੱਗੇ ਨੇ ਅੰਦਰ ਸਾਰੇ ਬਾਬੂ ਬੈਠੇ ਨੇ ਤੁਸੀਂ ਕਲ ਕਲ ਤੋਂ ਜਾਂਦੇ ਜਾਓਗੇ ਤੇ ਤੁਸੀਂ ਬਾਹਰ ਨਿਕਲੋਗੇ ਜਦ ਤੁਹਾਡੇ ਹੱਥ ਚ ਅਨ ਵੈਂਟਿਲੇਟਰ ਵੀ ਹੋਏਗਾ ਮੈਡੀਕਲ ਦਾ ਲੈਟਰ ਵੀ ਹੋਏਗਾ ਹਾਲਾਂਕਿ ਬੋਰਡ ਨੇ ਮੈਡੀਕਲ ਕਰਨਾ ਹੁੰਦਾ ਸੀ ਜੇ ਪਟਿਆਲੇ ਦੇ ਏਰੀਆ ਨੇ ਪਟਿਆਲੇ ਨੂੰ ਦਿਖ ਦੇਣਾ ਉਹਨਾਂ ਨੇ ਫਰੀਦਕੋਟ ਦੇ ਏਰੀਆ ਨੇ ਫਰੀਦਕੋਟ ਨੂੰ ਅੰਮ੍ਰਿਤਸਰ ਦੇ ਕਿਉਂਕਿ ਮੈਡੀਕਲ ਕਾਲਟ ਹੁੰਦਾ ਉਹ ਬੋਰਡ ਜਿਸ ਟੰਗਾ ਤੇ ਹੁੰਦਾ ਹੀ ਨਹੀਂ ਤੇ ਜੋ ਕੋ ਚੰਡੀਗੜ੍ਹ ਦਾ ਤੁਹਾਨੂੰ 16 ਸੈਕਟਰ ਕਰਦੇ ਨੇ। ਸੋ ਜਿਹੜਾ ਜਿਹੜਾ ਕੰਮ ਤੁਸੀਂ ਸੌਖਾ ਕਰ ਸਕਦੇ ਹੋ। ਮੈਂ ਉੱਥੋਂ ਸਿੱਖਿਆ ਬਈ ਆ ਤਾਂ ਬਹੁਤ ਵਧੀਆ ਗੱਲ ਹੈ। ਤੇ ਮੈਂ ਐਵੇਂ ਨਹੀਂ ਕਰਨਾ ਮੈਂ ਕੋਈ ਆਪੇ ਨਹੀਂ ਸੀ ਗਿਆ। ਇੱਕ ਹੋਰ ਬੜੇ ਸੀਨੀਅਰ ਆਈਐਸ ਅਫਸਰ ਸੀ। ਗਵਰਨਰ ਰੂਲ ਸੀ। ਨਰਸਾਂ ਦੀ ਪ੍ਰਤੀ ਹੁੰਦੀ ਮੈਂ ਕਿਹਾ ਜੀ ਤੁਸੀਂ ਕਹਿੰਦੇ ਡਾਕਟਰ ਗਰਗਾ ਸੀ ਕਰਤਾ ਮੈਂ ਜੀ ਕੀ ਕਰਿਆ ਕਹਿੰਦੇ ਅਸੀਂ ਆਖਿਆ ਉਦੋਂ ਸਰਕਾਰੀ ਕਾਲਜੀ ਹੁੰਦੇ ਸੀ ਸਿਰਫ ਸਕੂਲ ਨਰਸਿੰਗ ਦੇ ਨਹੀਂ ਆਪਾਂ ਇੱਥੇ ਇਹਨਾਂ ਨੂੰ ਡਿਗਰੀਆਂ ਦਿੱਤੀਆਂ ਸਰਟੀਫਿਕੇਟ ਦਿੱਤੇ ਨੇ ਆਪਾਂ ਹੀ ਭਰਤੀ ਕਰਨੀ ਹੈ ਕਿ ਇਹਨਾਂ ਦੀ ਇੰਟਰਵਿਊ ਕਾਦੀ ਤਾਂ ਨਹੀਂ ਆਪਾਂ ਨੇ ਮੈਂ ਲਿਖਦਾ ਵੀ ਜਦ ਪੋਸਟਾਂ ਖਾਲੀ ਹੋਣ ਸੈਸ਼ਨ ਵਾਈ ਲਾਈ ਜਾਓ ਬੁਲਾ ਕੇ ਇੱਕ ਹੁੰਦਾ ਜੇ ਬੇਈਮਾਨੀ ਨਹੀਂ ਕਰਨੀ ਹੁਣ ਤੁਸੀਂ ਦੱਸੋ ਇੱਕ ਆਈਐਸ ਅਫਸਰ ਆਪੇ ਹੀ ਹੈ ਆਰਡਰ ਕਰ ਦਿੰਦਾ ਹੈ ਵੀ ਆਏ ਲਾਈਓ ਬਟ ਆੱਟੇ ਲੱਗੇ ਹੁੰਦੇ ਆ ਰੋਜ਼ ਰੋਲਾ ਪੈਂਦਾ ਹੁਣ ਵੀ ਮੈਨੂੰ ਕਹਿੰਦੇ ਕਿ ਵੀ ਇਹਦਾ ਕੀ ਕਰੀਏ ਉਹਦੇ ਡਿਪਟੀ ਸੈਕਟਰੀ ਹੋਰ ਸਾਰੇ ਆਪੋਸ ਕਰਨ ਮੈਂ ਜਿਹਦਾ ਇਹ ਕਰੋ ਤੇ ਆਹਾ ਇੱਕ ਡਿਡ ਬਣਾ ਦਿਕਾ ਸਭ ਦੀ ਜਿੰਨੇ ਜਿੰਨੇ ਦਿਨਾਂ ਦੀ ਐਕਸਟੈਂਸ਼ਨ ਦੇ ਕੇ ਤੁਸੀਂ ਜਿਵੇਂ 30 ਸਤੰਬਰ ਨੂੰ ਚਿੱਠੀ ਘੱਟ ਸੀ ਵੀ ਜਿਹਨੇ ਡਾਕਟਰ ਡਾਕ ਜਾਂ ਸ਼ਾਰਟ ਟਰਮ ਤੇ ਲੱਗੇ ਨੇ ਉਹ ਸਾਰਿਆਂ ਦੇ 6-6 ਮਹੀਨੇ ਹੋਰ ਵਧਾਏ ਜਾਂਦੇ ਨੇ ਤੇ ਸਿਵਲ ਸਭ ਨੂੰ ਹਦਾਇਤ ਆਇਆ ਕਿ ਸਰਕਾਰ ਦੀ ਤਰਫੋਂ ਆਹ ਚਿੱਠੀ ਨਾਲ ਲਾ ਕੇ ਇਹ ਚਿੱਠੀ ਦਾ ਹਵਾਲਾ ਦੇ ਕੇ ਉਹਨਾਂ ਦੇ ਹੁਕਮ ਬਣਾ ਕੇ ਉਹਨਾਂ ਦੀ ਫਾਈਲ ਚ ਤਾ ਦੇ ਪੈਸਾ ਨਹੀਂ ਆ ਗਿਆ ਕੋਈ ਕੰਮ ਨਹੀਂ ਨਯੂ ਯੂ ਆਰਡਰ ਨਹੀਂ ਆਇਆ ਜੀ ਕੱਡੇ ਕੱਲੇ ਦਾ ਨਹੀਂ ਆਇਆ ਜੀ ਮੈਂ ਤਾਂ ਕਹਿੰਦੇ ਮਾਫੀਆ ਕਰ ਹੁੰਦੇ ਨੇ ਜਦ ਜੀ ਕਮਿਊਨੀਕੇਟ ਕਰਦੇ ਹੁ ਫਿਰ ਬਸੰਗਤੀਆਂ ਕਰ ਪੈਦਾ ਹੁੰਦੀਆਂ ਜਦ ਕੱਡੇ ਕੱਲੇ ਦਾ ਦੇਖਦੇ ਹੋ ਜ਼ਰੂਰੀ ਨਹੀਂ ਵੀ ਤੁਹਾਡੀ ਮਨਛਾ ਮਾਰੀ ਹੋਵੇ ਇੱਕੋ ਹੀ ਬੰਦਾ ਦੇਖਦੇ ਦੇਖਦੇ ਇੱਕ ਨੂੰ ਕੋਈ ਹੋਰ ਫਾਇਦਾ ਦੇ ਜਾਂਦਾ ਦੂਜੇ ਨੂੰ ਹੋਰ ਦੇ ਜਾਂਦਾ ਕਿਉਂਕਿ ਉਹਨੂੰ ਕਿਹੜਾ ਜਿਆਦਾ ਉਹਨਾਂ ਦਾ ਮੈਂ ਕੀ ਨੋ ਕੀ ਕਰਿਆ ਜੇ ਮਨਛਾ ਮਾਰੀ ਹੋਵੇ ਫਿਰ ਤਾਂ ਹੋਰ ਵੀ ਜ਼ਿਆਦਾ ਕਰ ਸਕਦਾ ਤੋ ਜਿਹੜੇ ਬਲਕਿਚ ਕੰਮ ਹੋਨੇ ਨੇ ਵੱਡੇ ਕੰਮ ਹੋਨੇ ਨੇ ਉਹ ਕੱਲੇ-ਕੱਲੇ ਹੁੰਦੇ ਕੇ ਨਹੀਂ ਹੁੰਦੇ ਉਹਦੇ ਪ੍ਰਿੰਸੀਪਲ ਬਣਾ ਦੋ ਆਇਆ ਹੋਰ। ਤੋ ਇਸ ਕਰਕੇ ਤੁਸੀਂ ਠੀਕ ਕਿਹਾ ਸੰਤ ਸਾਹਿਬ ਮੈਡੀਕਲ ਦੇ ਵਿੱਚ ਮਾਫੀਆ ਚੱਲ ਰਿਹਾ ਹੈ ਅਜੇ ਤਮਾ ਕੋ ਮਾਫੀਆ ਦੀ ਗੱਲ ਨਹੀਂ ਕਰੀ ਜਿਹੜੇ ਲੈਬੋਰੀਟਰੀਆਂ ਚ ਜਾਂਦੇ ਨੇ ਜਿਹਦੇ ਵਿੱਚ ਸਰਕਾਰੀ ਵਾਲੇ ਵੀ ਪ੍ਰਾਈਵੇਟ ਵਾਲੇ ਵੀ ਰਲੇ ਹੋਏ ਨੇ ਜਿੱਥੇ 50% ਪੈਸੇ ਅਲਟਰਾਸਾਉਂਡ ਕਰਾ ਲਓ ਜਿਨ੍ਹਾਂ ਨੂੰ ਪਤਾ ਨਹੀਂ ਉੜਾੜਾ ਠੇਲੇ ਦਾ ਨਹੀਂ ਪਤਾ ਕਦੇ ਪੜਿਆ ਨਹੀਂ ਵੀ ਐਮ ਆਰ ਆਈ ਹੁੰਦਾ ਕੀ ਹੈ ਉੱਚ ਕੇ ਮਰੀ ਨੂੰ ਬਾਹਰ ਲਿਖਦੇ ਨਾਲੀ ਦੇ ਕਿਹੜਾ ਕਰਾਂਗੇ ਇਲਾਜ ਅੰਦਰ ਗਹਿ ਨੂੰ ਕਹਿੰਦੇ ਅਲਟਰਾਸਾਉਂਡ ਕਰਾ ਕੇ ਆ ਸੀਟੀ ਸਕੈਨ ਕਰਾ ਕੇ ਆ ਐਮ ਆਰ ਆਈ ਕਰਾ ਕੇ ਆ ਉਹਨੂੰ ਵਿਚਾਰ ਨਹੀਂ ਪਤਾ ਵੀ ਸੀਟੀ ਸਕੈਨ ਬੜੀ ਲਾਕਦੇ ਨੇ ਜਦ ਸੀਟੀ ਸਕੈਨ ਹੁੰਦਾ ਕੀ ਹੈ ਉਹ ਆਏ ਕਹਿੰਦੇ ਉਹ ਆ ਆ ਸੀਟੀ ਸਕੈਨ ਹੈ ਪਰ ਇਹ ਨਹੀਂ ਪਤਾ ਵੀ ਇਹ ਬੰਦਾ ਕਿਵੇਂ ਫਿਰ ਇਹੀ ਫੋਟਾ ਨਹੀਂ ਕਿਉਂ ਆ ਗਿਆ ਇਹਦੇ ਵਿੱਚ ਐਕਸੀਡੈਂਟ ਕਿਉਂ ਨਹੀਂ ਹੋਣੀਆਂ ਇਹ ਪੁੱਛ ਕੇ ਦੇਣੀ ਕਿਉਂ ਕਿ ਉਹ ਉਸਨੂੰ ਪੈਸੇ ਆ ਰਹੇ ਨੇ ਸੋ ਜਦ ਤੁਸੀਂ ਪੈਸੇ ਦੇ ਨਾਲ ਗੱਲ ਜੋੜਨੀ ਠੀਕ ਹੈ ਫਿਰ ਇਹੀ ਖੁਸ਼ਾਨਾ ਰਿਜ਼ਲਟ ਵੀ ਗਲਤ ਆਣਗੇ ਤੇ ਝੂਠੇ ਟੈਸਟ ਵੀ ਹੋਣਗੇ ਠੀਕ ਹੈ ਇਹੀ ਕਿਸਮ ਦੇ ਮਾਫੀਆਂ ਪਰ ਸਰਕਾਰ ਨੇ ਇੱਕ ਹੋਰ ਮਾਫੀ ਜਿਹੜਾ ਮੈਂ ਦੱਸਿਆ ਨਹੀਂ ਉਹ ਮਾਫੀ ਗੈਰਹਾਜ਼ਰ ਰਹਿੰਦਾ ਤੇ ਹਾਜ਼ਰ ਰਹਿੰਦਾ ਅੱਜ ਹਾਲਤ ਹੈਲਥ ਡਿਪਾਰਟਮੈਂਟ ਕੀ ਹੋ ਗਈ ਵੀ ਜਿਹੜਾ ਹਾਜ਼ਰ ਰਹਿੰਦਾ ਉਹ ਤੋਂ ਵੀ ਪੈਸੇ ਲੈਂਦੇ ਨੇ ਜਿਹੜਾ ਗੈਰਹਾਜ਼ਰ ਰਹਿੰਦਾ ਉਹ ਤੋਂ ਪੈਸੇ ਕੋਈ ਸਮਝ ਨਹੀਂ ਆ ਰਾ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੇ ਨੌਕਰੀ ਇਸੇ ਖੁੰਦਕ ਵਿੱਚ ਸ਼ੁਰੂ ਕੀਤੀ ਅਗਲੀ ਗੱਲ ਉਹਨਾਂ ਨੇ ਇਹ ਵੀ ਨਹੀਂ ਕਿਹਾ ਜਾਂਦਾ ਸੀ ਕਿ ਪੈਸੇ ਦਿਓ ਉਹ ਕਹਿੰਦੇ ਉਹਨਾ ਆਪਾਂ ਉਹ ਫਲਾਨੀ ਥਾਂ ਐ ਕਰਨਾ ਐ ਇੰਨੇ ਕੇ ਪੈਸੇ ਜਰਾ ਕੰਟਰੀਬਿਊਟ ਕਰ ਮਹਾਨਾ ਜਲਾ ਕੇ ਕਿਉਂਕਿ ਉਹ ਬੰਦੇ ਅਣਖੀ ਜੇ ਸੀ ਉਹਨੂੰ ਤਾਂ ਐ ਇਕੱਠਾ ਕਰਦੇ ਸੀ ਉਹ ਦੋ ਚਾਰ ਵਾਰੀ ਗੱਲ ਨਹੀਂ ਦਿੱਤੇ ਛੱਡ ਕੇ ਚਲਾ ਗਿਆ ਮੈਂ ਨਹੀਂ ਕਰਦਾ ਤੁਹਾਡਾ ਨੌਕਰੀ ਹੀ ਨਹੀਂ ਕਰਦਾ ਜਿਉਂ ਪਾ ਦਿਓ ਹੁਣ ਤੁਸੀਂ ਜਿੱਥੇ ਹਾਜ਼ਰ ਰਹਿੰਦੇ ਪੈਸੇ ਗੈਰ ਹਾਜ਼ਰ ਰਹਿੰਦੇ ਪੈਸੇ ਕੰਮ ਕਰਨ ਦੇ ਪੈਸੇ ਨਾ ਕੰਮ ਕਰਨ ਦੇ ਪੈਸੇ ਪੋਸਟਿੰਗ ਦੇ ਪੈਸੇ ਤੁਸੀਂ ਹਰ ਚੀਜ਼ ਦੇ ਪੈਸੇ ਨੇ ਹੇ ਮਾਫੀ ਰਾਜੀ ਹੋਊਗਾ ਨਾ ਪਰ ਕੇ ਸਰਕਾਰ ਨੂੰ ਨਹੀਂ ਪਤਾ ਹੈ ਉਹ ਉਹ ਸ਼ਰੀਫ ਨੇ ਜੀ ਉਹਨਾਂ ਨੂੰ ਨਹੀਂ ਪਤਾ ਹੈ ਨਹੀਂ ਦੱਸਣਾ ਦੱਸਿਆ ਕਨਾਦ ਨਾ ਗੱਲ ਮੈਨੂੰ ਕੋਈ ዱਕਾ ਹੈ ਨਾ ਜਨਰਲ ਸੈਕਟੀਸੀ ਐਸੋਸੀਏਸ਼ਨ ਦਾ ਪੁਲੀਜ਼ ਨਾਲ ਤਾਂ ਤੁਸੀਂ ਸੁਣਿਆ ਜਿੱਤੇ ਮੋਰਚਾ ਲੱਗੇ ਸੀ ਸੂਲੋਂ ਦਾ ਨਾਮ ਵੀ ਸੁਣਿਆ ਹੋਊ ਪਿੰਡ ਦਾ ਨਿਸਿੰਲੀ ਦਾ ਨਾਮ ਵੀ ਸੁਣਿਆ ਹੋਊਗਾ ਇੱਕ ਡਾਕਟਰ ਕਬੂਰੀ ਲੱਗਿਆ ਸੀ ਇੱਕ ਸੂਰੋਂ ਲੱਗਿਆ ਸੀ ਉਹਨਾਂ ਚ ਇੱਕ ਜਲੰਧਰ ਪ੍ਰੈਕਟਿਸ ਕਰਦਾ ਸੀ ਹੁੰਦਾ ਨਹੀਂ ਸੀ ਦੂਜਾ ਦਿੱਲੀ ਕਰਦਾ ਸੀ ਤੀਜਾ ਡਾਕਟਰ ਲੱਗਿਆ ਹੋਇਆ ਸੀ ਨਸੀਮਲੀ ਉਹ ਪੁਰਾਣਾ ਫੌਜੀ ਸੀ ਤੇ ਆਰਐਸਐਸ ਦਾ ਸੀ ਹੈਗਾ ਆਡੀਅਲ ਸੀ ਇਮਾਨਦਾਰ ਸੀ ਉਹਨੇ ਕਿਹਾ ਵੀ ਇਹ ਤਾਂ ਗੈਰ ਹਜ਼ਰ ਹਨ ਦੇ ਡਾਕਟਰ ਉਹਦੀ ਚੱਕੇ ਬਦਲੀ ਕਰਤੀ ਕਹਿਣ ਵਾਲੀ ਸੀ ਦੋਸਤ ਫਲੋਰ 500 ਠੀਕ ਹੈ ਬਦਲੀ ਕਰਦੇ ਸੀ ਮਿਲਦੇ ਵੀ ਕੀ ਕਰਿਆ ਸੈਕਟਰੀ ਦਸੰਬਰ ਦੇ ਮਹੀਨੇ ਚ ਬਦਲੀ ਕਰੀ ਸੀ ਉਹ ਠੀਕ ਕਰਤਾ ਉਸ ਤੋਂ ਬਾਅਦ ਅਪ੍ਰੈਲ ਆਈ ਫਿਰ ਉਹਨੂੰ ਖੁੱਈ ਖੇੜੇ ਲਾਤਾ ਫਿਰ ਉਹ ਜਪਤ ਸਾਡੀ ਮੀਟਿੰਗ ਸੀ ਸਾਡੇ ਵਜ਼ੀਰ ਹੁੰਦੇ ਸੀ ਸਾਡੇ ਪਟਿਆਲੇ ਜ਼ਿਲ੍ਹੇ ਦੇ ਮਾਨਯੋਗ ਡਾਟਿੰਗ ਅਸੀਂ ਉਹਨਾਂ ਨੂੰ ਕਿਹਾ ਸੈਕਟਰੀ ਸਾਹਿਬਾ ਵੀ ਵਿੱਚ ਬੈਠੇ ਨੇ ਉਹ ਡਾਕਟਰ ਗੱਲ ਰਹੰਦਾ ਕਿ ਜੀ ਪੈਸੇ ਦੇ ਕੇ ਰਹਿੰਦੇ ਨੇ ਲਖਿਨ ਕਿ ਆ ਕੰਮ ਚਾਹਵਾ ਜੀ ਇਹਨੂੰ ਅਸੀਂ ਕਿਹਾ ਮੈਂ ਪੈਸੇ ਦੇ ਕੇ ਰਹਿੰਦੇ ਨੇ ਗਰਹਾ ਜੀ ਬਿਨਾਂ ਰਹਿ ਕੋਈ ਨਹੀਂ ਰਹਿੰਦਾ ਜਦ ਇਹਨੇ ਡਾਕਟਰ ਨੂੰ ਬਦਨਾਮ ਕਰਿਆ ਜਨੂਈ ਵੀ ਇਹ ਗਹਿੜਾ ਜਨੂਈ ਪੈਸੇ ਲੈ ਕੇ ਜਿਹੜੇ ਰਹਿੰਦੇ ਉਹਨਾਂ ਨੂੰ ਫੜੋਣਾ ਅਬ ਜਿ ਸਰਵਿਸਨ ਮੈਂ ਜਦ ਅਸੀਂ ਪੁੱਛਦਿਆਂ ਐਸਐਮ ਨੂੰ ਉਹ ਕਹਿੰਦਾ ਮੈਂ ਕੀ ਕਰਾਂ ਉੱਤੇ ਜਾਂਦੇ ਨੇ ਇਹ ਮੀਟਿੰਗ ਕਿਹ ਹੈ ਕੰਬੇ ਨਹੀਂ ਕਿਹਾ ਮੈਂ ਜਦ ਸਰਵਿਸਨ ਪੁੱਛਿਆ ਕਹਿੰਦਾ ਉੱਤੇ ਜਾਂਦੇ ਨੇ ਡਾਇਰੈਕਟਰ ਨੂੰ ਪੁੱਛਿਆ ਕਹਿੰਦਾ ਉੱਤੇ ਜਾਂਦੇ ਨੇ ਮੈਂ ਸੈਕਟਰੀ ਮਿੰਿਸਤਰੀ ਤੁਸੀਂ ਬੈਠੇ ਹੋ ਤੁਸੀਂ ਦੱਸੋ ਕਿੱਥੇ ਤੱਕ ਉੱਤੇ ਜਾਂਦੇ ਨੇ ਨਹੀਂ ਟੰਗੋ ਫਾਕੇ ਉਹਨਾਂ ਨੂੰ ਆਕਾਹਾਂ ਨੀ ਸੁਨਾਤੀ ਮੈਂ ਕਿਹਾ ਉਹਨੂੰ ਤਾਂ ਬਦਲਤਾ ਚੱਕ ਕੇ ਹੋਈ ਖੜੇ ਮੇਰਾ ਬਚੂ ਕਰਕੇ ਦਿਖਾ ਸਕਦਾ ਤੂੰ ਤੇ ਜਿਹੜਾ ਉੱਥੇ ਐਸਐਮਓ ਸੀਗਾ ਹਰਪਨਪੁਰ ਉਹਨੂੰ ਰਾਜਪੁਰੇ ਲਾਤਾ ਵਿੱਤੇ ਪਿੰਡ ਕਿੱਥੇ ਸ਼ਹਿਰ ਤੇ ਬਲਸਤਾਲ ਦਾ ਪੰਜਾਬ ਮੈਂਦ ਦਾ ਏਪੀ ਜਨ ਹਸਤਾਲ ਤੇ ਜਿਹੜਾ ਪਟਿਆਲੇ ਦਾ ਸਿਵਲ ਸਨ ਸੀ ਉਹਨੂੰ ਜਲੰਧਰ ਦਾ ਸਿਵਲ ਸਨ ਬਣਾਤਾ ਪਟਿਆਲਾ ਤੇ ਜਲੰਧਰ ਕਿੱਥੇ ਰਾਜਾ ਭੋਜ ਕਿੱਥੇ ਗੰਗਾ ਤੇ ਬੀ ਵਾਲਾ ਹਸਾਬ ਹੈ ਹੈ ਏ ਮੈਂ ਆਪਣਾ ਪ੍ਰਵਾਰ ਕਰਤਾ ਤੇ ਉਹ ਪ੍ਰੈਕਟਿਸ ਕਰਨ ਵਾਲੇ ਹੁੱਠੀ ਕਰੀ ਜਾਂਦੇ ਨੇ ਹੁਣ ਵੀ ਮੈਂ ਕਰਦੇ ਨੇ ਕਰ ਲੋ ਕਰ ਲੋ ਚੱਕ ਦੇ ਲੋ ਸਗਾ ਸੋ ਐ ਨਹੀਂ ਐ ਕਿ ਮਾਫੀ ਐ ਇੱਕ ਵਾਰੀ ਹੋਰ ਸਾਡੀ ਮੀਟਿੰਗ ਸੀ ਕਿਉਂ ਮੈਂ ਕਹਿਣਾ ਇਹ ਸਾਰਾ ਕੁਝ ਹੋ ਰਿਹਾ ਸਰਕਾਰ ਨੂੰ ਪਤਾ ਹੈ ਹੁਣ ਉਹਦੋਂ ਵੀ ਮਾਰਾ ਹਲ ਹੋ ਗਿਆ ਮੈਂ ਉਹਨੂੰ ਸੈਕਟਰੀ ਨੂੰ ਕਿਹਾ ਮੈਂ ਤੁਸੀਂ ਐਵੇਂ ਥੋੜੇ ਥੋਤੋਂ ਇੱਕ ਬਾਬੂ ਨਾ ਇੱਕੋ ਦਿਨ ਚ ਦੋ ਆਰਡਰ ਵੱਖਰੇ ਵੱਖਰੇ ਕਰਾ ਕੜੇ ਜਾਂਦੇ ਉਹ ਨੂੰ ਥੋੜਾ ਹਾਲ ਆਂਡ ਆਰ ਦੀ ਪ੍ਰੋਬਲਮ ਸੀ ਮਨ ਕਹਿੰਦਾ ਇਹ ਕਿਵੇਂ ਹੋ ਸਕਦਾ ਇਹ ਵੀ ਮੀਟਿੰਗ ਚ ਹੋਇਆ ਮਾਸ 200 ਫਾਈਲ ਤੁਹਾਡੇ ਕੋਲ ਆਉਂਦੀ ਹੈ 10ਵੇਂ ਕ ਨੰਬਰ ਤੇ ਜਿਹੜੀ ਫਾਈਲ ਆਉਂਦੀ ਉਹਦੇ ਚ ਲਿਖਿਆ ਹੈ ਵੀ ਇਹ ਡਾਕਟਰ ਲਿਖਦਾ ਵੀ ਮੈਂ 11 ਮਹੀਨੇ ਗੈਰਹਾਜ਼ਰ ਹਾਂ ਤੇ ਮੈਨੂੰ ਜੁਆਇਨ ਕਰਾਉਣਾ ਉਹ ਕਹਿੰਦਾ ਵੀ ਰਾਜਪੱਤਰ ਤੋਂ ਅਧਿਕਾਰੀ ਹੈ ਇਹਨੇ ਬਾਂਡ ਭਰਿਆ ਹੋਇਆ ਸੀ ਇਹਨੇ ਸਰਕਾਰ ਨਾਲ ਬੇਈਮਾਨੀ ਕੀਤੀ ਹੈ ਇਹਨੂੰ ਜੁਆਇਨ ਕਰਾਉਣ ਦਾ ਕੀ ਮਤਲਬ ਹੈ ਇਹਨੂੰ ਰੂਲ 8 ਦੇ ਅੰਦਰ ਚਾਰਜੀ ਦੋ ਸੂਚੀ ਜਾਰੀ ਕਰੀ ਜਾਵੇ ਤੁਸੀਂ ਕਹਿੰਦੇ ਤਾਂ ਸਸ ਤੋਂ ਠੀਕ ਲੱਗਦਾ ਜਿਹੜਾ ਹਜਰ ਹੈ ਬੌਂਡ ਹੋ ਕੇ ਆਇਆ ਨਹੀਂ ਸੌ ਫਾਈਲ ਤੋਂ ਬਾਅਦ ਫਿਰ 110ਵੀਂ ਆ ਜਾਂਦੀ ਹੈ ਉਹਦੇ ਚ ਡਾਕਟਰ 4 ਸਾਲ 11 ਮਹੀਨੇ ਤੇ 29 ਦਿਨ ਦਾ ਹਾਜ਼ਰ ਹੈ ਉਹ ਕਹਿੰਦਾ ਮੈਨੂੰ ਜੁਆਇਨ ਕਰਾ ਲਓ ਉਹ ਮਿਲਿਆ ਹੋਇਆ ਉਹਦਾ ਲਿਖਦਾ ਬਾਬੂ ਵੀ ਜੇ 5 ਸਾਲ ਤੋਂ ਘੱਟ ਕੋਈ ਹਾਜ਼ਰ ਹੋਵੇ ਸਰਕਾਰ ਦੀਆਂ ਹਦਾਇਤਾਂ ਨੇ ਵੀ ਤੁਰੰਤ ਹਾਜ਼ਰ ਕਰਉਣਾ ਹੈ ਜੋ ਹਾਜ਼ਰੀ ਮੰਗ ਲਈ। ਤਕੋਰ ਦਾ ਕੇਸ ਜਾ ਕੇ ਜਿੱਦਦੇ ਨੇ ਆ ਫਲਾਨੀ ਝੰਡੀ ਤੋਂ ਹੁਕਮ ਦਿਆ ਸਰਕਾਰ ਦਾ। ਠੀਕ ਲੱਗਦਾ। ਫਿਰ ਉਹਨੇ ਸਦਾ ਅਗਲਾ ਵੀ ਕਰਿਆ ਹੋਇਆ ਵੀ ਮੈਨੂੰ ਯਾਰ ਅਮਰਸਰ 라ਦੀ। ਟੰਟੰਡਾਂ ਉਹ ਕਹਿੰਦਾ ਵੀ ਅਮਰਸਰ ਤਰੰਤ ਆਣ ਦੇ ਵਿੱਚ ਡਾਕਟਰ ਜਾ ਕੇ ਰਾਜਨੀ ਉੱਤੇ ਬੜਾ ਹੀ ਡਾਂਡ ਆਰਡਰ ਦੀ ਸਮੱਸਿਆ ਹੈ। ਜੇ ਹੁਕਮ ਹੋਣ ਤਨ ਤਰੰਦਾਂ ਦਾ ਦਿੱਤਾ ਜਾਵੇ। ਲੇਕਨ ਸਸਾਸ। ਇਹ ਮੈਂ ਅਸੀਂ ਕਹਿੰਦੇ ਆਇਆ ਇਹ ਗੱਲ। ਅਰੇ ਇੰਪਰੂਵ ਕਰਾਇਆ ਗਿਆ ਇਹ ਨਹੀਂ ਮੈਂ ਤਾਂ ਅੱਜ ਵੀ ਦੱਸ ਦਿੰਨਾ। ਮੈਡੀਕਲ ਡਿਪਾਰਟਮੈਂਟ ਦੇ ਵਿੱਚ ਹੁਣ ਬਹੁਤ ਤੰਦਰੀ ਹੁੰਦੀ ਹੈ। ਤਕਰੀਬਨ 2000 ਤੱਕ ਤੰਦਰੀ ਨਹੀਂ ਅਸੀਂ ਹੁਣ ਦਿੱਤੀ ਬਹੁਤ ਜ਼ਿਆਦਾ ਰੌਲਾ ਪਾ ਪਾ ਕੇ ਦਵਾਈਆਂ ਦੇ ਮਾਮਲੇ ਕਿਉਂਕਿ ਜੇ ਹਰੇਕ ਵਾਰ ਤੁਹਾਨੂੰ ਵੀ ਆ ਦੇਖ ਲਓ ਜਾਂ ਮਾੜੀ ਦਵਾਈ ਹੈ। ਇਹ ਦੱਸੋ ਕਿਵੇਂ ਖਰੀਦੀ ਹੈ। ਏਕਿਪਮੈਂਟ ਕਿਉਂ ਖਰੀਦਿਆ? ਉਹ ਤਾਂ ਸੈਕਟਰੀ ਬੀਜੇਪੀ ਚਲੇ ਗਏ ਕਿ ਜਮਨ ਚ ਐਮਡੀ ਸੀਗੇ ਉਹ ਮੈਂ ਕਿਹਾ ਜੀ ਜਿਹੜਾ ਅਮਰੀਕਾ ਤੋਂ ਤੁਸੀਂ ਸਮਾਨ ਲਿਆ ਉਹ ਆ ਹੈਲਥ ਸਿਸਟਮ ਕਾਰਪੋਰੇਸ਼ਨ ਜਿਹੇ ਬਣੀ ਬਣੀ ਸੀ ਮੈਂ ਜਿਹੜਾ ਸਮਾਨ ਜਿਹੜਾ ਤਾਂ ਤੁਸੀ ਜੰਕ ਖਰੀਦਣਾ ਹੈ ਸ਼ਰਤਾਂ ਦੇ ਵਿੱਚ ਉਹ ਤਾਂ ਖਰੀਦਣਾ ਹੀ ਪੈਣਾ ਹੈ ਬਾਕੀ ਪੈਸਾ ਜੰਕ ਤੇ ਨਾ ਲਾ ਦਿਓ ਕਿ ਤੇ ਐਵੇਂ ਪੰਜਾਬ ਜੋ ਮੈਂ ਕਰ ਜਾ ਚੜਾ ਦੋ ਤੇ ਫਾਇਦਾ ਕੋਈ ਨਾ ਹੋਵੇ ਸਰ ਚਾਹਤੇ ਸਿਰ ਤੇ ਕੱਪੜਾ ਮੰਨ ਕੇ ਸੋ ਮਾਫੀਆ ਜੇ ਤੁਸੀਂ ਕਿਹਾ ਸੀ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਹਰ ਗੱਲ 'ਚ ਮਾਫੀਆ ਔਰ ਇਹ ਇਕੱਲੇ ਹੈਲਥ ਚ ਨਹੀਂ ਹੈਗਾ ਸਾਰੇ ਨੈਕ ਨੈਚ ਹੈ। ਨਿਆਂ ਜਿੱਦੂ ਕਈ ਗੁਣਾ ਵੱਡਾ ਹੈ। ਉਹ ਇਹ 마ਫੀਆ ਰਾਜ ਹੈ ਪੰਜਾਬ ਚ। ਇਹਨੂੰ ਕੋਈ ਕੁਛ ਕਹੀ ਜਾਵੇ, ਕੋਈ ਬਹਾਨਾ ਲਾਈ ਜਾਵੇ, ਕੋਈ ਸੱਚ ਬੋਲੀ ਜਾਵੇ, ਕੋਈ ਦੁੱਧ ਤੋਤਾ ਕਹੀ ਜਾਵੇ। ਇਹ 마ਫੀਆ ਰਾਜ ਹੈਗਾ ਤੇ ਇਹਨੂੰ ਖਤਮ ਕਰਨਾ ਪਏਗਾ ਜਿੱਦ ਦੇ ਲੋਕ ਲਹਿਰ ਬਣੂਗੀ, ਮਜ਼ਬੂਤ ਲੋਕਾਂ ਦੀ ਲਹਿਰ ਬਣੇਗੀ। ਉਹ ਪੁੱਛਣਗੇ ਅਰੇ ਜਿੱਤਨੀ ਪੈਸੇ ਲੈ ਕੇ ਕਿਵੇਂ ਹੁੰਦੀ ਹੈ ਬਾਈ? ਆਹ ਜ਼ਮੀਨ ਤੁਸੀਂ ਕਵਰ ਕਰ ਰਹੇ ਹੋ। ਜਿਹੜੀ ਚਾਹ ਤਾਂ ਪਾਣੀ ਨਹੀਂ ਲੱਗਦਾ ਉਹਦਾ ਤੁਸੀਂ ਮੁੱਲ ਵੱਧ ਰੱਖਤਾ ਤੇ ਜਿਹਦੇ ਪਾਣੀ ਲੱਗਦਾ ਉਹਦਾ ਤੁਸੀਂ ਘੱਟ ਰੱਖਤਾ ਜਿਹੜੀ ਸ਼ਹਿਰ ਦੇ ਨੇੜੇ ਆ ਉਹਦਾ ਘੱਟ ਰੱਖਦਾ ਜਿਹੜੀ ਪਿੰਡ ਦੇ ਸ਼ਹਿਰ ਤੋਂ ਦੂਰ ਆ ਉਹਦਾ ਵੱਧ ਰੱਖਤਾ ਇਹ ਕਿਹੜੇ ਪੈਸੇ ਚੱਲੇ ਨੇ ਉਹਦੇ ਪੁੱਛਣਗੇ ਥਾਣੇ 'ਚ ਐਫ ਆਈ ਆਰ ਕਿਉਂ ਜਰਜ ਹੋਈ ਝੂਠੀ ਇਨਕੋ ਨਹੀਂ ਕਿਵੇਂ ਕਰਤੀ ਜਿਹੜਾ ਵਿਚਾਰਾ ਸ਼ਿਕਾਇਤ ਕਰਨਾ ਸੀ ਕੇਸ ਹੋਤੇ ਕਿਵੇਂ ਦਰਜ ਕਰਤਾ ਜਿਹੜਾ ਦੋਸ਼ੀ ਆ ਉਹਦੇ ਨਾਲ ਕਿਵੇਂ ਲੱਗੇ ਤੁਸੀਂ ਆ ਤੁਹਾਡੇ ਪਟਾੜੀ ਜਿਲ੍ਹੇ 'ਚ ਹੋਇਆ ਪਤਵੰਦ ਦੇ ਵਿੱਚ ਪ੍ਰਾਤਨਾੰਦੇ ਦੇ ਵਿੱਚ ਤੇ ਘੱਗੇ ਦੇ ਵਿੱਚ ਇੱਕ ਕੁੜੀ ਦਾ ਰੇਪ ਹੋ ਗਿਆ ਉਹ ਪੂਰੀ ਸੁਸਾਈਸਾਈਡ ਕਰ ਗਈ ਕਿਉਂਕਿ ਕੇਸ ਜਿਹੜੇ ਉਲਟਾ ਕੁੜੀ ਜਬਨਾਤਾ ਕਿ ਕਿਨੇ ਜ਼ਮੀਨ ਵਿੱਚ ਉਹਦੇ ਪੈਸੇ ਨਹੀਂ ਦਿੱਤੇ ਦੱਬ ਗਿਆ ਉਹ ਬੰਦਾ ਸੁਸਾਈਸਾਈਡ ਕਰ ਗਿਆ ਕੀ ਕਰ ਗਿਆ ਹਾਈ ਕੋਰਟ ਨੇ ਦੋਨਾਂ ਕਿਸਾਨਾਂ ਚ ਇੰਟਰਵਿਊ ਕਰਿਆ ਕੇਸ ਉਲਟੇ ਜਬਨਾਤਾ ਤੇ ਆਮ ਗੱਲਾਂ ਹੀਆਂ ਚੱਲਦੀਆਂ ਨੇ ਮਹਿਕਮਿਆਂ ਦੇ ਵਿੱਚ ਇਹ ਸਾਰੇ ਆਮ ਸਾਨੂੰ ਪਤਾ ਹੈ ਵੀਰਾ ਆਇਆ ਹੁੰਦਾ ਹੈ ਜੀ ਆਇਆ ਹੁੰਦਾ ਹੈ ਤੇ ਇਸ ਕਰਕੇ ਜਿੱਦਾਂ ਤੁਸੀਂ ਫੈਸਲਾ ਕਰ ਲੂਗੀ ਸਰਕਾਰ ਜਿੰਨੇ ਪੋਲਿਟਿਕਸ ਅੰਦੀ ਫੈਸਲਾ ਕਰ ਲੂਗੀ ਜਾਂ ਫਿਰ ਲੋ ਖੜੇ ਹੋ ਜਾਣਗੇ ਉਹਨਾਂ ਚ ਵੀ ਹੱਕ ਨਹੀਂ ਹੋਣਾ ਆ ਘਟਾਇਆ ਜਾ ਸਕਦਾ ਹੈ ਸੀਮਤ ਸਮੇਂ ਚ ਵੀ ਘਟਾਇਆ ਜਾ ਸਕਦਾ ਹੈ ਉਹਦੇ ਚ ਵੀ ਡਿਟਰਮੀਨੇਸ਼ਨ ਚਾਹੀਦਾ ਹੈ ਸਿਰ ਤੇ ਕਫਨ ਬੰਨਣਾ ਚਾਹੀਦਾ ਸੋ ਇਹਦਾ ਤਾਂ ਹਾਲ ਤਾਂ ਹਟੂਗਾ ਜੋ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੂਰੀ ਆਓ ਇਹ ਤਾਂ ਮਾਰਗ ਤੈਰ ਤਰੀ ਜੇ ਸਿਰ ਦੀ ਜੇ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਸੋ ਸਰਵੇ ਬੜਾ ਕਲੀਅਰਲੀ ਦੱਸਤਾ ਕਿ ਜਦੋਂ ਤੱਕ ਸਰਕਾਰ ਇਹ ਮਾਫੀਆ ਨੂੰ ਚਲਾ ਰਹੀ ਹੈ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਕਿਸਾਨ ਅੰਦੋਲਨ ਵਰਗੀ ਇੱਕ ਜਨ ਚੇਤਨਾ ਲਹਿਰ ਪੰਜਾਬ ਦੇ ਵਿੱਚ ਉੱਠੇ ਔਰ ਫਿਰ ਕੁਝ ਵੀ ਸੰਭਵ ਹੈਗਾ ਇਸ ਤੋਂ ਬਿਨਾ ਤਾਂ ਪੰਜਾਬ ਜਿੱਥੇ ਪਨਾਲਾ ਅੱਜ ਤੋਂ 20 ਸਾਲ ਪਹਿਲਾਂ ਸੀ ਉੱਥੇ ਅਗਲੇ 20 ਸਾਲ ਵੀ ਇਸੇ ਤਰ੍ਹਾਂ ਹੀ ਬੜਿਆ ਰਹੂਗਾ ਸੋ ਇਹ ਇੱਕ ਬੜਾ ਇੰਪੋਰਟੈਂਟ ਚਿੰਤਨ ਦਾ ਵਿਸ਼ਾ ਹੈ ਪੰਜਾਬੀਆਂ ਲਈ ਤੇ ਸਾਡੇ ਸਾਰਿਆਂ ਦੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੰਜਾਬ ਨਾਮ ਨਾਲ ਜੁੜੇ ਸਬਸਕ੍ਰਾਈਬ ਕਰੋ ਲਾਈਕ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ